हां जी 10वीं क्लास ਦੇ ਵਿਦਿਆਰਥੀਓ ਅੱਜ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਕਲਾਸ 10वीं ਦੇ ਇੰਗਲਿਸ਼ ਵਿਸ਼ੇ ਦੇ ਪੇਪਰ ਦੀ ਤਿਆਰੀ ਕਰਵਾਉਂਗਾ ਜਿਹੜਾ ਤੁਹਾਡਾ ਪੇਪਰ ਹੋਣਾ 4 ਅਕਤੂਬਰ ਨੂੰ ਉਸ ਪੇਪਰ ਦੀ ਤੁਹਾਡੀ ਜਿਹੜੀ ਅੱਜ ਇਸ ਵੀਡੀਓ ਦੇ ਵਿੱਚ ਫੁੱਲ ਰਿਵੀਜ਼ਨ ਕਰਵਾਈ ਜਾਊਗੀ ਅਤੇ ਜਿੰਨੇ ਵੀ ਕੁਐਸਚਨ ਨੇ ਤੁਹਾਨੂੰ ਕੱਲੇ-ਕੱਲੇ ਕੁਐਸਚਨ ਦਾ ਆਨਸਰ ਦੱਸਿਆ ਜਾਊਗਾ ਇਹ ਜਿਹੜਾ ਪੇਪਰ ਆ ਕਾਫੀ ਜਦਾ ਇੰਪੋਰਟੈਂਟ ਹੈ ਤੁਸੀਂ ਵੀਡੀਓ ਨੂੰ ਐਂਡ ਤੱਕ ਐਂਡ ਤੱਕ ਜ਼ਰੂਰ ਦੇਖਣਾ ਜਮੇ ਤੁਸੀਂ ਨੇ ਸਕਿਪ ਨਹੀਂ ਕਰਨਾ ਠੀਕ ਹੈ ਜੀ ਕਿਉਂਕਿ ਜਿਹੜੀ ਆਪਾਂ ਪੇਪਰ ਪਾਉਣੇ ਆਗੇ ਉਹ ਤੁਹਾਨੂੰ ਪਤਾ ਹੀ ਹੈਗਾ ਠੀਕ ਹੈ ਜੀ ਤਾਂ ਵੀਡੀ ਜ਼ਰੂਰ ਕਰ ਦੇਣਾ ਠੀਕ ਹੈ ਜੀ ਤਾਂ ਅੱਜ ਦੀ ਇਸ ਵੀਡੀਓ ਨਾਲ ਆਪਾਂ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਜਿਹੜੇ ਤੁਹਾਨੂੰ ਆਊਗਾ ਸੈਕਸ਼ਨ A ਇਹ ਜਿਹੜਾ ਪੇਪਰ ਹੈ ਤੁਹਾਨੂੰ 80 ਨੰਬਰ ਦਾ ਪੇਪਰ ਆ 3 ਘੰਟੇ ਤੁਹਾਨੂੰ ਸਮਾਂ ਦਿੱਤਾ ਜਾਵੇਗਾ ਅਰੇ ਇਹ ਪੇਪਰ ਜਿਹੜਾ ਤੁਹਾਡਾ ਇਹ ਬਹੁਤ ਹੀ ਇੰਪੋਰਟੈਂਟ ਪੇਪਰ ਹੈਗਾ ਠੀਕ ਹੈ ਜੀ ਜਿਵੇਂ ਕਿ ਆਪਣੀ ਕੋ ਸਭ ਤੋਂ ਪਹਿਲਾਂ ਸਟਾਰਟਿੰਗ ਦੇ ਵਿੱਚ ਆ ਰਹੀ ਹੈ ਰੀਡਿੰਗ ਦਾ ਕੰਪਰੀਹੈਂਸ਼ਨ ਐਂਡ ਆਨਸਰ ਦੀ 기ਵਨ ਬਲੋ ਕੁਐਸ਼ਨਸ ਤਾਂ ਆਪਾਂ ਸਭ ਤੋਂ ਪਹਿਲਾਂ ਸਮਝਾਂਗੇ ਵੀ ਨਾ ਪੈਰੇ ਦੇ ਵਿੱਚ ਕੀ ਕਹਿ ਰਹੇ ਨੇ ਉਸ ਤੋਂ ਬਾਅਦ ਆਪਾਂ ਨੇ ਜਿਹੜੇ ਆਨਸਰ ਉਹ ਦੇਖਣੇ ਨੇ ਇਹ ਪੈਰੇ ਨੂੰ ਤੁਸੀਂ ਨੇ ਜਰੂਰ ਸਮਝਣਾ Brother and sisters, the long night is at last drawing to a closer tikaji. mysterious and sorrows are disappearing. Our is a scared country. She is gradually waking up thanks to the fresh. ਠੀਕ ਹੈ ਜੀ ਬਰੀਜ਼ ਆਲ ਅਰਾਊਂਡ ਚਲੋ ਆਪਾਂ ਕਵਿਸ਼ਨ ਦੇਖਦੇ ਹਾਂ ਇਹਨੇ ਕੀ ਆ ਹਾਂਜੀ ਆਪਾਂ ਜਿਹੜੇ ਕੱਲੇ ਕੱਲੇ ਕਵਿਸ਼ਨ ਤੁਹਾਨੂੰ ਆਨਸਰ ਦੇਵਾਂਗੇ ਨੀਚੇ ਆਪਾਂ ਇਹਨਾਂ ਦੇ ਆਨਸਰ ਲਿਖੇ ਹੋਏ ਨੇ ਆਪਾਂ ਨੇ ਠੀਕ ਹੈ ਜੀ ਇਹਨਾਂ ਦੇ ਆਨਸਰ ਲਿਖ ਲਏ ਨੇ ਜਿਵੇਂ ਕਿ ਹਾਊ ਕੈਨ ਵੀ ਰਿਡ ਦਾ ਲੈਂਡ ਆਫ ਪਾਵਰਟੀ ਐਂਡ ਇਨਗਰੋਰੈਂਸ ਠੀਕ ਹੈ ਜੀ ਆਪਾਂ ਕਿਵੇਂ ਕਰ ਸਕਦੇ ਹਾਂਗੇ ਇਸ ਨੂੰ ਚਲੋ ਆਪਾਂ ਜਿਹੜਾ ਇਸ ਦਾ ਆਨਸਰ ਆ ਉਹ ਤੁਹਾਨੂੰ ਦਿਖਾਉਣੇ ਆਗੇ ਇੱਕ ਵਾਰੀ ਪੈਰੇ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਠੀਕ ਹੈ ਜੇ ਆਪਾਂ ਪੈਰੇ ਦੇ ਵਿੱਚ ਤੁਹਾਨੂੰ ਮੈਂ ਦਿਖਾ ਦਿੰਨਾ ਜਿਹੜੀ ਤੁਹਾਡੀ ਹੋਗੀ 10ਵੀਂ ਕਲਾਸ ਹੈ ਠੀਕ ਹੈ 10ਵੀਂ ਦੇ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ ਕਿ ਤੁਹਾਡਾ ਜਿਹੜਾ ਸਿੱਧਾ ਹੀ ਉਹ ਆਨਸਰ ਪਿਆ ਹੋਵੇ ਪਹਿਲਾਂ ਜਦੋਂ ਤੁਸੀਂ ਇਸ ਨੂੰ ਪੈਰੇ ਨੂੰ ਪੜ੍ਹ ਲਓਗੇ ਤਾਂ ਤੁਹਾਨੂੰ ਸਮਝਣਾਗਾ ਵੀ ਨਾ ਇਹ ਪੈਰਾ ਕੀ ਕਹਿ ਰਿਹਾ ਉਸ ਤੋਂ ਬਾਅਦ ਮੈਂ ਕੀ ਕੌਂਸ਼ਨ ਪੁੱਛਿਆ ਜਾਊਗਾ ਤੁਹਾਡੇ ਤੋਂ ਤੁਹਾਨੂੰ ਪਤਾ ਲੱਗ ਜਾਊਗਾ ਵੀ ਨਾ ਇਸ ਦਾ ਆਨਸਰ ਇਹ ਬਣੂਗਾ ਤਾਂ ਜਿਹੜਾ ਪਹਿਲੇ ਦਾ ਆਨਸਰ ਤੁਹਾਡਾ ਆ ਆਰ ਯੂ ਪ੍ਰਿਪੇਅਰਡ ਫੋਰ ਆਲ ਸੈਕਰੀਫਾਈਸਿਸ ਫੋਰ ਦੀ ਸ਼ੇਅਰ ਆਫ ਯੂਰ ਮਦਰ ਲੈਂਡ ਠੀਕ ਹੈ ਜੀ ਤੁਹਾ how can we rid the land of poverty and ignorance by making sacrifices for the sake of our motherland thik hai tuhanu answer hai second question hai ga how can you shape your mind apa kis tarah jehde hagee ho shape kar sakde ange apne mind nu jehda is da answer apa main tuhannu pehle de vich jehda ho dikha dena ga thik hai ji is da jehda answer banuga oh main dikha dena ga thik hai ji jimm ki tusi dekh sakde ange apa ne padh leya siga ore tak red tak thik hai ji ore tak padh leya siga ਹਾਂਜੀ ਯੂ ਸ਼ੁਡ ਡਿਵੈਲਪ ਅ ਸਟਰੋਂਗ ਫਿਜੂਰ ਠੀਕ ਹੈ ਜੀ ਯੂ ਸ਼ੁਡ ਸ਼ੇਪ ਯੋਰ ਮਾਈਂਡ ਥਰੂ ਸਟਡੀ ਐਂਡ ਮੈਡੀਟੇਸ਼ਨ ਮਤਲਬ ਸਟਡੀ ਅਤੇ ਮੈਡੀਟੇਸ਼ਨ ਦੇ ਨਾਲ ਮਾਈਂਡ ਦੀ ਸ਼ੇਪ ਕਰ ਸਕਦੇ ਆ ਮਤਲਬ ਆਪਣੇ ਕੋਲ ਕਿਹੜੀ ਆਪਸ਼ਨ ਹੈ ਕਿ ਥਰੋ ਸਟੱਡੀ ਥਰੋ ਮੈਡੀਸਨ ਮਤਲਬ ਇਹ ਦੋਨੇ ਨੇ ਗਿਆ ਤਾਂ ਕਰਕੇ ਜਿਹੜਾ ਉਰੇ ਆ ਗਿਆ ਆਪਣੇ ਕੋਲੇ ਆਪਸ਼ਨ ਨੰਬਰ ਸੀ ਨੀਚੇ ਦਿੱਤਾ ਹੋਇਆ ਹੈਗਾ ਆਪਸ਼ਨ ਨੰਬਰ ਸੀ ਦੇਖ ਸਕਦੇ ਹੋ ਤੁਸੀਂ ਆਨਸਰ ਨੈਕਸਟ ਹੈਗਾ ਆਪਣੇ ਕੋਲੇ ਹਾਂਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋਗੇ ਤੀਜਾ ਕੁਐਸਚਨ ਹਾਊ ਡਿਡ ਸੁਵਾਮੀ ਵਿਵੇਕਾਨੰਦ ਕੈਰੀ ਦਾ ਮੈਸੇਜ ਠੀਕ ਹੈ ਜੀ ਉਹਨਾਂ ਨੇ ਕਿਵੇਂ ਇਹ ਮੈਸੇਜ ਕੈਰੀ ਕੀਤਾ ਤਾਂ ਜਿਹੜਾ ਇਸ ਦਾ ਆਨਸਰ ਆਵੇਗਾ ਉਹ ਆਪਾਂ ਨੀਚੇ ਇੱਕ ਵਾਰੀ ਪੈਰੇ ਚ ਦਿਖਾ ਦੇਣਾ ਤੁਹਾਨੂੰ ਹਾਂਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋਗੇ ਆਪਾਂ ਨੇ ਪੜ੍ਹ ਲਿਆ ਠੀਕ ਹੈ ਜੀ ਉਰੇ ਤੱਕ ਇਸ ਤੋਂ ਬਾਅਦ ਆਪਣੀ ਕਲੋਜ਼ ਸਟਾਰਟ ਹੋ ਰਹੀ ਆ ਆਈ ਲਵ ਮਾਈ ਮਦਰ ਲੈਂਡ ਡੇਰਲੀ ਬਿਫੋਰ ਆਈ ਵੈਂਟ ਟੂ ਅਮਰੀਕਾ ਐਂਡ ਇੰਗਲੈਂਡ ਠੀਕ ਹੈ ਅਮਰੀਕਾ ਐਂਡ ਇੰਗਲੈਂਡ ਇਹਨਾਂ ਨੇ ਇੱਥੇ ਆਨਸਰ ਦੇ ਵਿੱਚ ਆਊਗਾ ਚਲੋ ਆਪਾਂ ਜਿਹੜਾ ਆਨਸਰ ਹੈਗਾ ਉਹ ਤੁਹਾਨੂੰ ਦਿਖਾ ਦਿੰਨੇ ਆ ਹਾਂਜੀ ਜਿਵੇਂ ਤੁਸੀਂ ਦੇਖ ਸਕਦੇ ਹੋਗੇ ਅਮਰੀਕਾ ਐਂਡ ਇੰਗਲੈਂਡ ਇਹਨਾਂ ਦੇ ਵਿੱਚੋਂ ਕਿਹੜਾ ਹੈਗਾ ਯੂਰਪ ਦੇ ਵਿੱਚ ਆ ਜਾਂ ਏਸ਼ੀਆ ਹਾਂਜੀ ਮਤਲਬ ਹੋਲ ਕੰਟੀਨੈਂਟ ਆਫ ਏਸ਼ੀਆ ਇਹ ਤੁਹਾਡਾ ਜਿਹੜਾ ਆਨਸਰ ਹੈਗਾ ਇਸ ਨੂੰ ਨੋਟ ਕਰ ਲੈਣਾ ਅਗਲਾ ਪ੍ਰਸ਼ਨ ਹੈਗਾ ਆਪਣੇ ਕੋਲੇ 4th ਇੰਡੀਆ ਇਜ਼ ਗ੍ਰੈਜੂਲਰਲੀ ਠੀਕ ਹੈ ਜੀ ਇੰਡੀਆ ਕੀ ਹੈਗਾ ਉਹ ਹੈਗਾ ਵਾਕਿੰਗ ਅਪਾ ਠੀਕ ਹੈ ਜੀ ਵਾਕਿੰਗ ਅਪ ਹੈ ਅਨਸਰ ਆ ਇਸ ਦਾ ਇੱਕ ਵਾਰੀ ਆਪਾਂ ਇਸ ਦਾ ਇਸ ਦਾ ਅਨਸਰ ਹੈ ਤੁਹਾਨੂੰ ਉਹ ਪੈਰਾਗ੍ਰਾਫ ਦੇ ਵਿੱਚ ਦਿਖਾ ਦਿੰਨੇ ਆ ਹਾਂਜੀ ਜਿਵੇਂ ਤੁਸੀਂ ਦੇਖ ਸਕਦੇ ਹੋ ਤੁਹਾਡਾ ਅਨਸਰ ਆ ਗਿਆ ਜਿਹੜਾ ਹੋਰ ਲਿਖਿਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਇਸੇ ਕੋਲ ਜਿਹੜੇ ਕਵੈਸ਼ਨ ਨੂੰ ਅਨਸਰ ਨੂੰ ਨੋਟ ਕਰ ਦੇਣਾ ਇਹ ਜੇ ਤੁਸੀਂ ਪਹਿਲੇ ਨੂੰ ਪੜ੍ਹ ਲਿਆ ਤੁਹਾਨੂੰ ਪਹਿਲੇ ਤੋਂ ਵਿੱਚ ਸਮਝ ਆ ਜਾਏਗਾ ਵੀ ਨਾ ਉਹ ਕੀ ਕਹਿ ਰਹੇ ਨੇ ਠੀਕ ਹੈ ਜੀ ਇੰਡੀਆ ਕੀ ਹੈਗਾ ਉਹ ਆ ਗਿਆ ਠੀਕ ਹੈ ਜੀ ਯਾਨੀ ਕਿ ਇੰਡੀਆ ਜਿਹੜਾ ਉਹ ਇੱਕ ਵੇਕਿੰਗ ਅਪ ਹੈਗਾ ਇਸ ਤੋਂ ਬਾਅਦ ਆਪਣੇ ਲਈ ਹੂ ਸਪੀਕਸ ਦਾ ਅਬ ਬਲੈਂਡਸ ਕੌਣ ਆ ਜਿਹੜਾ ਉਹ ਸਪੀਕ ਕਰ ਰਿਹਾ ਹੈਗਾ ਉਤਰੀਆਂ ਲੈਂਡਸ ਇਹ ਜਿਹੜੀਆਂ ਹੈਗੀਆਂ ਨੇ ਸਵਾਮੀ ਵਿਵੇਕਾਨੰਦ ਜੀ ਆਂਦੀਆਂ ਲੈਣਾਂ ਲੱਗੀਆਂ ਤਾਂ ਇਸ ਦਾ ਜਿਹੜਾ ਆਨਸਰ ਆਗਾ ਆਪਣਾ ਸਵਾਮੀ ਵਿਵੇਕਾਨੰਦ ਆਜੂਗਾ ਠੀਕ ਹੈ ਜੀ ਇਸ ਦਾ ਆਨਸਰ ਨੋਟ ਕਰ ਲੈਣਾ ਆਪਾਂ ਇੱਕ ਇਸ ਤੋਂ ਬਾਅਦ ਆਪਣੇ ਕੋਲੇ ਆ ਰਿਹਾ ਇੱਕ ਪੋਸਟਰ ਆਊਗਾ ਉਸ ਦੇ ਉਸ ਨੂੰ ਦੇਖ ਕੇ ਆਪਣੇ ਆਨਸਰ ਦੇਣੇ ਆ ਹਾਂਜੀ ਆਪਣੇ ਕੋਲ ਦਿੱਤਾ ਹੋਇਆ ਪੋਸਟਰ ਡੋਨੇਟ ਯੂਰ ਆਇਜ਼ ਫੋਰ ਬਲਾਈਂਡ ਮਤਲਬ ਜਿਹੜੇ ਅੰਨੇ ਨੇ ਉਹਨਾਂ ਦੇ ਲਈ ਆਪਣੀਆਂ ਜਿਹੜੀਆਂ ਅੱਖਾਂ ਉਹ ਬਲਾਈਂਡ ਡੋਨੇਟ ਕਰੋ ਠੀਕ ਹੈ ਜੀ ਐਂਡ ਹੈਲਪ ਥੈਮ ਟੂ ਸੀ ਦਾ ਵਰਲਡ ਮਤਲਬ ਉਹਨਾਂ ਦੀ ਮਦਦ ਕਰੋ ਤਾਂ ਕਿ ਉਹ ਜਿਹੜ ਯੂਅਰ ਆਈਜ਼ ਵਿਲ ਸੀ ਐਵਰੀ ਆਫਟਰ ਯੂ ਆਰ ਲੈਫਟ ਦਾ ਵਰਲਡ ਮਤਲਬ ਜਦੋਂ ਤੁਹਾਡੀ ਡੈਥ ਹੋ ਜਾਂਦੀ ਹੈ ਤਾਂ ਤੁਹਾਨੂੰ ਜਿਹੜੀਆਂ ਹੈਗੀਆਂ ਨੇ ਉਹ ਆਪਣੀਆਂ ਅੱਖਾਂ ਨੇ ਜਿਹੜੀਆਂ ਉਹ ਡੋਨੇਟ ਕਰਨੇ ਚਾਹੀਦੀਆਂ ਨੇ ਗਿਆ ਤਾਂ ਇਸ ਦਾ ਜਿਹੜਾ ਆਪਾਂ ਆਨਸਰ ਦਾ ਦੇਖ ਲਿਆਂਗੇ ਹਾਂਜੀ ਦਿਸ ਪੋਸਟਰ ਹਾਈਲਾਈਟ ਦਾ ਨੀਡ ਫੋਰ ਕਿਸ ਦੀ ਨੀਡ ਰਹੀ ਹੈ ਇਸ ਦੇ ਵਿੱਚ ਆਨਸਰ ਹੈਗਾ ਤੁਹਾਡਾ ਹਾਂਜੀ आई डोनेशन इस ਤੋਂ ਬਾਅਦ ਸੈਕਿੰਡ ਆਪਣੇ ਕੋਲੇ ਵੀ ਕੈਨ ਹੈਲਪ ਅ ਦਾ ਬਲਾਈਂਡ ਬਾਏ ਡੋਨੇਟਿੰਗ ਥੈਮ आवर ਆਈਜ਼ ਇਸ ਦਾ ਕੀ ਹੋਊਗਾ ਲਿਵ ਦਾ ਲਾਈਫ ਠੀਕ ਹੈ ਜੀ ਸੀ ਦਾ ਵਰਲਡ ਠੀਕ ਹੈ ਜੀ ਹਾਂਜੀ ਉਹ ਦੇਖ ਸਕਦਾਗਾ ਵਰਲਡ ਨੂੰ ਅੱਖਾਂ ਦੇ ਨਾਲ ਇਸ ਤੋਂ ਬਾਅਦ ਅਗਲਾਗਾ ਹਾਊ ਕੈਨ आवर ਆਈਜ਼ ਸੀ ਇਵਨ ਆਫਟਰ ਵੀ ਹੈਵ ਲੇਫਟ ਦਾ ਬਲਡ ਠੀਕ ਹੈ ਜੀ ਮਤਲਬ ਇਸ ਦਾ ਜਿਹੜਾ ਆਨਸਰ ਆ ਬਾਏ ਗਿਵਿੰਗ आवर ਆਈਜ਼ ਟੂ ਬਲਾਈਂਡ ਪਰਸਨ ਅੱਖਾਂ ਦੇਣ ਦੇ ਨਾਲ ਬਲਾਈਂਡ ਪਰਸਨ ਨੂੰ ਆਪਾਂ ਜਿਹੜਾ ਹੈਗਾ ਓਸ ਨੂੰ ਜਾਂ ਉਹ ਜਿਹੜਾ ਹੈਗਾ ਉਹ ਵਰਲਡ ਨੂੰ ਦੇਖ ਸਕਦਾਗਾ ਠੀਕ ਹੈ ਜੀ ਇਹ ਤੁਹਾਡਾ ਆਨਸਰ ਹੈ ਹਾਊ ਕੈਨ ਵੀ ਗੇਨ ਮੋਰ ਇਨਫੋਰਮੇਸ਼ਨ ਅਬਾਊਟ ਆਈ ਡੋਨੇਸ਼ਨ ਕਿੱਥੋਂ ਆਪਾਂ ਜਿਹੜੀ ਇਨਫੋਰਮੇਸ਼ਨ ਜਿਹੜੀ ਹੈਗੀ ਉਹ ਗੈਦਰ ਕਰ ਸਕਦੇ ਹਾਂਗੇ ਅਬਾਊਟ ਡੋਨੇਟਿੰਗ ਆਵਰ ਆਈਜ਼ ਤਾਂ ਜਿਹੜਾ ਇਸ ਦਾ ਹੈਗਾ ਆਪਣੇ ਕੋਲੇ ਬਾਈ ਕੰਟੈਕਟਿੰਗ ਆਈ ਬੈਂਕ ਮਤਲਬ ਆਈ ਕੰਟੈਕਟ ਆਈ ਜਿਹੜੀ ਹੈਗੀ ਹੈ ਬੈਂਕਿੰਗ ਉਸ ਦੇ ਨਾਲ ਕੰਟੈਕਟ ਕਰਕੇ ਆਪਾਂ ਇਸ ਦੇ ਬਾਰੇ ਜਾਣਕਾਰੀ ਲੈ ਸਕਦੇ ਹਾਂ ਇਹ ਤੁਹਾਡੇ 10 ਨੰਬਰ ਦੇ ਸੀਗੇ ਠੀਕ ਹੈ ਜੀ ਨੈਕਸਟ ਹੈਗਾ ਆਪਣੇ ਕੋਲੇ ਅੰਟੋਨੀਅਮ ਦੱਸਣਾ ਮੋਰ ਦਾ ਮਤਲਬ ਵਿਰੋਧੀ ਸ਼ਬਦ ਦੱਸਣਾ ਮੋਰ ਦਾ ਮੋਰ ਜੇਕਰ ਮੋਰ ਹੁੰਦਾ ਹੈਗਾ ਜ਼ਿਆਦਾ ਤਾਂ ਲੈਸ ਕੀ ਹੋਊਗਾ ਕਟ ਤਾਂ ਹਿਸ ਆਨਸਰ ਲੈਸ ਆ ਗਿਆ ਨੋਟ ਕਰ ਲਓ ਅਗਲਾ ਆਪਣੇ ਕੋਲ ਹੈਗਾ ਸੈਕਸ਼ਨ ਬੀ ਆਬਜੈਕਟਿਵ ਟਾਈਪ ਕੁਐਸਚਨ ਆਗੇ ਨੇ ਆਪਣੇ ਕੋਲੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਪਹਿਲਾ ਆਬਜੈਕਟਿਵ ਟਾਈਪ ਕੁਐਸਚਨ ਹੈ ਦ ਬਲਾਈਂਡ ਮੈਨ ਬਾਸ ਸੈਲਿੰਗ ਡੈਸ਼ ਓਨ ਦੀ ਵਾਕ ਵਾਕ ਸਾਈਡ ਠੀਕ ਹੈ ਜਿਹੜਾ ਬਲਾਈਂਡ ਮੈਨ ਸੀਗਾ ਉਹ ਕੀ ਵੇਚ ਰਿਹਾ ਸੀਗਾ ਸੜਕ ਦੇ ਉੱਤੇ ਜਿੱਧਰ ਦੀ ਆਪਾਂ ਤੁਰਦੇ ਹੁੰਦੇ ਹੁੰਨੇ ਆਗੇ ਠੀਕ ਹੈ ਜੀ ਉਹ ਵੇਚ ਰਿਹਾ ਸੀਗਾ ਪੈਨਸਿਲਸ ਠੀਕ ਹੈ ਸੈਕੰਡ ਆ ਦਾ ਆਥਰ ਫਾਊਂਡ ਐਨ ਐਲੀਫੈਂਟ ਵੈਨ ਹੀ ਫਲੰਗਰ ਓਪਨ ਦੀ ਡੋਰ ਠੀਕ ਹੈ ਜੀ ਤਾਂ ਉਸਨੇ ਓਪਨ ਡੋਰ ਕੀਤਾ ਤਾਂ ਉਸ ਨੂੰ ਜਿਹੜਾ ਐਲੀਫੈਂਟ ਦਿਖਾਈ ਦੇ ਰਿਹਾ ਸੀ ਦੇਖਿਆ ਸੀ ਨਹੀਂ ਇਸ ਦਾ ਆਨਸਰ ਹੈਗਾ ਨਹੀਂ ਮਤਲਬ ਫਾਲਸ ਤੀਜੀ ਗੱਲ ਦਾ ਆਥਰ ਨਿਊ ਦੈਟ ਦਾ ਨੇਮ ਵਾਸ ਆਲਸੋ ਬਲਾਈਂਡ ਮਤਲਬ ਉਹ ਜਿਹੜਾ ਆਥਰ ਸੀ ਕੋ ਉਸ ਨੂੰ ਪਤਾ ਸੀ ਕਿ ਬਿਨਾਂ ਜਿਹੜਾ ਨੀਮ ਆ ਉਹ ਉਹ ਵੀ ਮੇਰੇ ਮੰਗੂ ਬਿਨਾਂ ਬਲਾਈਂਡ ਆ ਇਹ ਜਿਹੜਾ ਆਨਸਰ ਆ ਗੈਸ ਦਾ ਉਹ ਹੈਗਾ ਫਾਲਸ ਮਤਲਬ ਗਲਤ ਹੈ ਉਸ ਨੂੰ ਪਤਾ ਨਹੀਂ ਸੀ ਚੌਥਾ ਗੱਲ ਸਾਇੰਸ ਹਲਪਡ ਅਸ ਠੀਕ ਹੈ ਜੀ ਸਾਂਗੇ ਸ ਹੈਜ਼ ਅ ਹੈਲਪਰ ਮੈਨ ਟੂ ਲੇਬਰ ਠੀਕ ਹੈ ਜੀ ਕਿਸ ਤਰ੍ਹਾਂ ਕੀਤੀ ਹੈਲਪਰ ਕਿਵੇਂ ਕਰਨੀ ਚਾਹੀਦੀ ਹੈਗੀ ਤਾਂ ਜਿਹੜਾ ਤੁਹਾਡਾ ਚੌਥਾ ਦਾ ਆਨਸਰ ਹੈਗਾ ਉਹ ਹੋਊਗਾ ਲੌਂਗਰ ਇਸ ਤੋਂ ਬਾਅਦ ਆਪਣੇ ਕੋਲ ਹੈਗਾ ਡੈਲਾ ਸੋਲਡ ਹਰ ਹੇਅਰ ਫੋਰ ਠੀਕ ਹੈ ਜਿਹੜੀ ਡੈਲਾ ਸੀਗੀ ਉਸਨੇ ਆਪਣੇ ਜਿਹੜੇ ਬਾਲ ਸੀਗੇ ਉਹ ਕਿਸ ਦੇ ਲਈ ਵੇਚੇ ਸੀਗੇ ਤਾਂ ਉਹ ਇਸ ਦਾ ਜਿਹੜਾ ਆਨਸਰ ਹੈ ਮੈਂ ਤੁਹਾਨੂੰ ਉਹ ਬੋਲ ਕੇ ਦੱਸ ਦਿੰਨਾ ਹਾਂਜੀ ਜਿਹ ਉਸ ਨੇ ਜਿਹੜਾ ਆਨਸਰ ਹੈ ਜਿਹੜੇ ਆਪਣੇ ਹੇਅਰ ਵੇਚੇ ਸੀਗੇ ਉਹ ਇੱਕ ਕ੍ਰਿਸਮਸ ਉਸ ਨੇ ਗਿਫਟ ਖਰੀਦਣਾ ਸੀਗਾ ਆਪਣੇ ਹਸਬੈਂਡ ਲਈ ਜਿਹੜਾ ਉਸ ਦਾ ਹਸਬੈਂਡਸ ਯੂਜ਼ ਦਾ ਨਾਮ ਹੈਗਾ ਸੀ ਜਮਾ ਤਾਂ ਇਸ ਦਾ ਆਨਸਰ ਕੀ ਲਿਖਣਾ ਤੁਸੀਂ ਨੇ ਡੈਲਾ ਸੋਲਡ ਹਰ ਹੇਅਰ ਫੋਰ ਤੋਂ ਬਾਅਦ ਲਿਖ ਦਾਂਗੇ ਤੁਸੀਂ ਫੋਰ ਕ੍ਰਿਸਮਸ ਗਿਫਟ ਫੋਰ ਹਰ ਹਸਬੈਂਡ ਤਾਂ ਤੁਹਾਡਾ ਜਿਹੜਾ ਆਨਸਰ ਹੈ ਇਹ ਨੋਟ ਕਰ ਲਓ ਸੀਮਾ ਹੈਗਾ ਦਾ ਪੂਰ ਸੀਮਸਟ੍ਰੈਸ ਵਾਸ ਗਿਵਿੰਗ ਦਾ ਬாய் ਦ ਸਵੈਲੋ ਗਿਵ ਹਾਂਜੀ ਗਿਵਨ ਇਹ ਥੋੜੀ ਜਿਹੀ ਮਿਸਟੇਕ ਜੀ ਆ ਸਵੇਲੋ ਤਾਂ ਜਿਹੜਾ ਇਸ ਦਾ ਜਿਹੜਾ ਆਨਸਰ ਹੈਗਾ ਉਹ ਆ ਜਾਊਗਾ ਹਾਂਜੀ ਸੇਮੀ ਦਾ ਜਿਹੜਾ ਆਨਸਰ ਬਣੂਗਾ ਉਹ ਬਣ ਜਾਊਗਾ ਰੂਬੀ ਠੀਕ ਹੈ ਜੀ ਰੂਬੀ ਇਸ ਤੋਂ ਬਾਅਦ 7ਵਾਂ ਗਾ ਦਾ ਡ੍ਰੌਪਸ ਅਰ ਕਮਿੰਗ ਫਰੋਮ ਦੀ ਡੈਸ਼ ਆਫ ਦੀ ਹੈਪੀ ਪ੍ਰਿੰਸ ਕਿਸ ਤੋਂ ਆ ਰਹੀਆਂ ਸੀਗੀਆਂ ਫਰੋਮ ਦੀ ਸਟੈਚੂ ਆਫ ਦੀ ਹੈਪੀ ਪ੍ਰਿੰਸ ਫਰੋਮ ਦੀ ਆਈਜ਼ ਆਫ ਦੀ ਹਾਂਜੀ ਆਈਜ਼ ਠੀਕ ਹੈ ਜੀ ਉਸ ਦੀਆਂ ਅੱਖਾਂ ਦੇ ਵਿੱਚੋਂ ਜਿਹੜੇ ਆ ਰਹੇ ਸੀਗੇ ਡ੍ਰੌਪਸ ਆ ਰਹੇ ਸੀਗੇ ਤਾਂ ਇੱਥੇ ਆ ਜੂਗਾ ਫਰੋਮ ਦੀ ਆਈਜ਼ ਆਫ ਦੀ ਹੈਪੀ ਪ੍ਰਿੰਸ ਠੀਕ ਹੈ ਜੀ ਇੱਥੇ ਇਸ ਦਾ ਆਨਸਰ ਹੈਗਾ 8ਵਾਂ ਕੁਐਸਚਨ ਹੈਗਾ ਆਪਣੇ ਕੋਲੇ ਵੈਨ ਡਿਡ ਸੁਬੀਸ ਬਾਈ ਫਰ ਟੇਕ ਦਾ ਮੈਨ ਠੀਕ ਹੈ ਜੀ ਬਾਈਨ ਡੇਟ ਸੁਬੀਸ ਬਾਈ ਫਰ ਟੇਕ ਦਾ ਮੈਨ ਠੀਕ ਹੈ ਜੀ ਇਸ ਦਾ ਆ ਜੂਗਾ ਕਿੱਥੇ ਲੈ ਕੇ ਗਈ ਸੀ ਦੀ ਮਤਲਬ ਸੁਬੀ ਦੀ ਜਿਹੜੀ ਬਾਈ ਸੀਗੀ ਮੈਨ ਨੂੰ ਤਾਂ ਉਹ ਲੈ ਕੇ ਗਈ ਸੀ ਕਿ ਟੂ ਦਾ ਗੋਡਾਊਨ ਠੀਕ ਹੈ ਜੀ ਉਹ ਗੋਡਾਊਨ ਦੇ ਵਿੱਚ ਲੈ ਕੇ ਗਈ ਸੀ ਜਿਸ ਨੂੰ ਆਪਾਂ ਕਹਿੰਦਾ ਨੇ ਆ ਗੋਦਾਮ ਜੀਓ ਡੀਓ ਡਬਲਯੂ ਐਨ ਠੀਕ ਹੈ ਜੀ 2 ਦਾ ਗੋਡਾਊਨ ਲੈ ਕੇ ਗਈ ਸੀ ਇਹ ਤੁਹਾਡਾ ਆਨਸਰ ਹੈ ਇਸ ਤੋਂ ਆਪਣੇ ਕੋਲ ਸੈਕਸ਼ਨ ਸੀ ਆਏਗਾ ਸੈਕਸ਼ਨ ਸੀ ਦੇ ਵਿੱਚ مین ਕੋਰਸ ਜਿਹੜੀ ਕਿ ਆਪਣੇ ਕੋਲ ਹੈਗਾ ਪ੍ਰੋਸ ਉਸ ਦੇ ਵਿੱਚੋਂ ਜਿਹੜੇ ਹੈਗੇ ਨੇ ਕਵੈਸ਼ਨ ਆਨਸਰ ਨੇ ਜਿਹੜੇ ਇਹ ਕਵੈਸ਼ਨ ਆਨਸਰ ਨੇ ਤੁਹਾਨੂੰ ਜਿਵੇਂ ਕਿ 5 ਆਉਣਗੇ ਪੰਜਾਂ ਦੇ ਵਿੱਚ ਕੋਈ ਤੁਸੀਂ ਨੇ ਤਿੰਨ ਦੇ ਆਨਸਰ ਦੇਣੇ ਹੋਣਗੇ ਤਿੰਨੇ ਹੋਣਗੇ ਜਿਹੜੇ ਉਹ ਹੋਣਗੇ 2 2 ਨੰਬਰ ਦੇ ਜਿਵੇਂ ਕਿ ਆਪਣੇ ਕੋਲ ਸਟਾਰਟਿੰਗ ਦੇ ਵਿੱਚ ਕਵੈਸ਼ਨ ਆ ਰਿਹਾ ਹੈਗਾ ਪਹਿਲਾ ਆਪਾਂ ਪਹਿਲਾ ਕਵੈਸ਼ਨ ਪੜ੍ਹ ਲੈਣੇ ਉਸ ਬਾਅਦ ਆਪਾਂ ਇਹਨਾਂ ਦੇ ਜਿਹੜੇ ਆਨਸਰ ਨੇ ਹੋ ਤੁਹਾਨੂੰ ਦੱਸ ਦੇਣੇ ਆ ਪਹਿਲਾ ਹੈਗਾ ਵਾਈ ਵਾਸ ਦੀ ਹੈਪੀ ਪ੍ਰਿੰਸ ਕ੍ਰਾਈਂਗ ਜਿਹੜਾ ਹੈਪੀ ਪ੍ਰਿੰਸ ਸੀਗਾ ਉਹ ਰੋ ਕੇ ਹੋ ਰਿਹਾ ਸੀ ਵਟ ਇਜ਼ देयर ਇਨ ਦੀ ਪਰਸਨੈਲਿਟੀ ਆਫ ਐਵਰੀ ਮੈਨ ਠੀਕ ਹੈ ਜੀ ਕੀ ਹੁੰਦਾ ਹੈਗਾ ਪਰਸਨੈਲਿਟੀ ਦੀ ਹਰ ਇੱਕ ਮਨੁੱਖ ਦੀ ਪਰਸਨੈਲਿਟੀ ਦੇ ਵਿੱਚ ਵਟ ਇਜ਼ ਦਾ ਗ੍ਰੇਟੈਸਟ ਟ੍ਰੈਂਪ ਆਫ ਅ ਸਾਇੰਸਿਸਟ ਠੀਕ ਹੈ ਸਾਇੰਸ ਦੀ ਜਿੱਤ ਕੀ ਆ ਇਸ ਤੋਂ ਬਾਅਦ ਆਪਣੇ ਕੋਲੇ ਹੈਗਾ ਡਿਸਕ੍ਰਾਈਬ ਦੀ ਪਾਵਰਟੀ ਆਫ ਡੈਲਾ ਹਾਊਸ ਡੈਲਾ ਦਾ ਜਿਹੜਾ ਘਰ ਸੀਗਾ ਉਸ ਦੀ ਆਪਣੀ ਗਰੀਬੀ ਦੱਸਣੀ ਆ ਇਸ ਤੋਂ ਬਾਅਦ ਆਪਣੇ ਕੋਲੇ ਹਾਓ ਵਾਸ ਦੀ ਸਟੈਚੂ ਆਫ ਹੈਪੀ ਪ੍ਰਿੰਸ ਡੈਕੋਰੇਟਡ ਠੀਕ ਹੈ ਜੀ ਕਿਵੇਂ ਡੈਕੋਰੇਟਰ ਕੀਤਾ ਹੋਇਆ ਸੀਗਾ ਹੈਪੀ ਪ੍ਰਿੰਸ ਦਾ ਜਿਹੜਾ ਬੁੱਤ ਸੀਗਾ ਚਲੋ ਆਪਾਂ ਜਿਹੜੇ ਇਹਨਾਂ ਦੇ ਉਹ ਆਨਸਰ ਉਹ ਦੇਖਦੇ ਹਾਂ ਹਾਂਜੀ ਜਿਵੇਂ ਕਿ ਆਪਾਂ ਨੂੰ ਫਰਸਟ ਕੁਐਸਚਨ ਹੈ ਵਾਈ ਵਾਸ ਦੀ ਹੈਪੀ ਪ੍ਰਿੰਸ ਕਰਾਇੰਗ ਜਿਹੜਾ ਹੈਪੀ ਪ੍ਰਿੰਸ ਸੀ ਉਹ ਰੋ ਕਿਉਂ ਰਿਹਾ ਸੀ ਦਾ ਸਟੈਚੂ ਆਫ ਦਾ ਹੈਪੀ ਪ੍ਰਿੰਸ ਹੈਡ ਹੈਸ ਬੀਨ ਸੈਟ ਅਪ ਆ ਵੈਰੀ ਹਾਈ ਜਿਹੜਾ ਹੈਪੀ ਪ੍ਰਿੰਸ ਦਾ ਇੱਕ ਬੁੱਤ ਸੀਗਾ ਉਹ ਬਹੁਤ ਹੀ ਉੱਚੀ ਲਗਾਇਆ ਹੋਇਆ ਸੀਗਾ ਹੀ ਕੁਡ ਸੀ ਦਾ ਸਾਰੋ ਐਂਡ ਮਿਸਟਰੀ ਆਫ ਦੀ city people ਠੀਕ ਹੈ ਜੀ ਸਾਰਿਆਂ ਦਾ ਦੁੱਖ ਦਰਦ ਜਿਹੜਾ ਉਹ ਦੇਖ ਸਕਦਾ ਸੀਗਾ ਇਸ ਤੋਂ ਬਾਅਦ ਹੈਗਾ ਇਟ ਮੇਡ ਹਿਮ ਕਰਾਈ ਇਹ ਸਭਾ ਜਿਹੜਾ ਉਸ ਨੂੰ ਰੋਂਨ ਲਈ ਮਜਬੂਰ ਕਰ ਦਿੰਦਾ ਸੀ ਅਗਲਾ ਪ੍ਰਸ਼ਨ ਹੈਗਾ ਆਪਣੇ ਕੋਲੇ ਵੇਅਰ ਇਜ਼ देयर ਇਨ ਦੀ ਪਰਸਨੈਲਿਟੀ ਆਫ ਐਵਰੀ ਮੈਨ ਠੀਕ ਹੈ ਜੀ ਇਨ ਦੀ ਪਰਸਨੈਲਿਟੀ ਆਫ ਐਵਰੀ ਡਿਵੀਡਿਊਲ ਇੰਡੀਵੀਦਿਊਲ ਹੁੰਦੇ ਨੇ ਲੋਕ ਮਤਲਬ ਹਰੇਕ ਪਰਸਨ ਦੀ ਪਰਸਨੈਲਿਟੀ ਦੇ ਵਿੱਚ देयर ਇਜ਼ ਅ ਗ੍ਰੇਟ ਰਿਜ਼ਰਵਰ ਆਫ अनयूज्ड पावर ठीक है अनयूज्ड पावर ਨੇਗੇ ਆ ਇਹ ਤੁਹਾਡਾ ਆਨਸਰ ਹੈ ਨੋਟ ਕਰ ਲਓ ਅਗਲਾ ਪ੍ਰਸ਼ਨ ਹੋਏਗਾ ਆਪਣੇ ਕੋਲੇ ਵਾਟ ਇਜ਼ ਦੀ ਗ੍ਰੇਟੈਸਟ ਰੰਪ ਆਫ ਸਾਇੰਸ ਸਾਇੰਸ ਦੀ ਕੀ ਜਤ ਹੈ ਠੀਕ ਹੈ ਜੀ ਸਾਇੰਸ ਹੈਲਪਡ us ਟੂ ਪ੍ਰੋਡਿਊਸ ਮੋਰ ਐਂਡ ਮੋਰ ਫੂਡ ਠੀਕ ਹੈ ਜੀ ਸਾਇੰਸ ਦੀ ਮਦਦ ਨਾਲ ਆਪਾਂ ਜਿਹੜਾ ਹੈਗਾ ਜਿਆਦਾ ਤੋਂ ਜਿਆਦਾ ਜਿਹੜਾ ਭੋਜਨ ਉਹ ਉਗਾ ਸਕਦੇ ਹਾਂ ਇਟ ਹੈਡ ਆਲਸੋ ਇਨਵੈਂਟਡ ਮੈਨੀ ਨਿਊ ਮੈਡੀਸਿਨਸ ਠੀਕ ਹੈ ਜੀ ਸਾਇੰਸ ਨੇ ਜਿਹੜੀਆਂ ਕਾਫੀ ਜਿਆਦਾ ਜਿਹੜੀਆਂ ਨਵੀਆਂ ਮੈਡੀਸਿਨਸ ਬਣਾਈਆਂ ਨੇ ਐਂਡ ਹੈਲਪਡ ਮੈਨ ਟੂ ਲਿਵ ਲੋਂਗਰ ਉਸ ਦੇ ਨਾਲ ਜਿਹੜਾ ਹੈਗਾ ਮਨੁੱਖ ਨੂੰ ਠੀਕ ਹੈ ਜੀ ਲੰਬੇ ਸਮੇਂ ਤੱਕ ਜਿਉਂਦਾ ਰਹਿਣਾ ਸੰਭਵ ਹੈ ਸਾਇੰਸ ਦੇ ਨਾਲ ਤਾਂ ਇਹ ਤੁਹਾਡਾ ਜਿਹੜਾ ਹੈਗਾ ਉਹ ਆਨਸਰ ਆ ਗਿਆ ਅਗਲਾ ਪ੍ਰਸ਼ਨ ਹੈਗਾ ਆਪਣੇ ਕੋਲ ਡਿਸਕ੍ਰਾਈਬ ਦਾ ਪਾਵਰਟੀ ਆ ਜਿਹੜਾ ਆਪਣੇ ਗਰੀਬੀ ਦੱਸਣੀ ਆ ਸਾਈਨ ਆਫ ਪਾਵਰਟੀ ਵਰ एवरीथिंग ਇਨ ਦੀ ਹਾਊਸਰ ਠੀਕ ਹੈ ਜੀ ਜਿਹੜੇ ਆਪਾਂ ਨੂੰ ਨਿਸ਼ਾਨ ਦਿਖ ਰਹੇ ਸੀਗੇ ਹਰ ਹਰ ਪਾਸੇ ਹਾਊਸ ਦੇ ਠੀਕ ਹੈ ਜੀ ਡੈਲਾ ਦੇ ਹਾਊਸ ਦੇ ਸੀ ਹੈਡ ਓਨਲੀ ਅ ਲिटल ਕੋਚ ਕੋਚ ਕਹਣੀ ਆਪਾਂ ਇੱਕ ਸੋਫੇ ਨੂੰ ਕਹਿ ਦਿਆਂਗੇ ਜਿਸ ਦੇ ਉੱਤੇ ਆਪਾਂ ਬੈਠਦੇ ਆਂਗੇ ਠੀਕ ਹੈ ਜੀ ਉਸ ਦੇ ਕੋਲ ਇੱਕ ਛੋਟਾ ਜਿਹਾ ਇੱਕ ਸੋਫਾ ਸੀ ਆਈ ਵਾਸ ਆਲਸੋ ਵੈਰੀ ਵੈਰੀ ਡਰਟੀ ਠੀਕ ਹੈ ਜੀ ਉਹ ਵੀ ਜਿਹੜਾ ਹੈਗਾ ਸੀ ਉਹ ਇਟ ਵਾਸ ਸੌਰੀ ਇਟ ਆਊਗਾ ਔਰ ਠੀਕ ਹੈ ਜੀ ਇਟ ਲਿਖ ਲਿਓ ਔਰ ਇਟ ਇਟ ਵਾਸ ਆਲਸੋ ਵੈਰੀ ਡਰਟੀ ਜਿਹੜਾ ਸੋਫਾ ਸੀ ਉਹ ਵੀ ਜਿਹੜਾ ਬਹੁਤ ਹੀ ਖਰਾਬ ਸੀ ਅਗਲਾ ਪ੍ਰਸ਼ਨ ਹੈਗਾ ਆਪਣੇ ਕੋਲੇ ਹਾਊ ਵਾਸ ਦਾ ਸਟੈਚੂ ਆਫ ਹੈਪੀ ਪ੍ਰੈਸ ਡੈਕੋਰੇਟਡ ਦਾ ਸਟੈਚੂ ਵਾਸ ਕਵਰਡ ਵਿਦ ਥਿਨ ਲੀਫਸ ਆਫ ਫਾਈਨ 골ਡ ਠੀਕ ਹੈ ਜੀ ਫਾਈਨ 골ਡ ਦੀ ਜਿਹੜੀ ਉਸ ਦੇ ਉੱਤੇ ਪਰਤ ਚੜੀ ਹੋਈ ਸੀ ਇਟ ਹੈਜ਼ ਟੂ ਬ੍ਰਾਈਟ ਸੈਪੀਅਰਸ ਉਸ ਦੇ ਦੋ ਜਿਹੜੇ ਹੈਗੇ ਸੀਗੇ ਬ੍ਰਾਈਟ ਸੈਪੀਅਰ ਸੀਗੇ ਫੋਰ ਇਟਸ ਆਇਜ਼ ਦੇ ਲਈ ਉਸ ਦੇ ਲਈ ਥੇਰ ਵਾਸ ਅ ਲਾਰਜ ਰੂਬੀ ਔਨ ਹਰਸ ਸਵੋਲਡ ਹਿਲਟ ਮਾਤਰਾ ਜਿਹੜੀ ਉਸ ਦੀ ਤਲਵਾਰ ਸੀਗੀ ਉਸ ਦੇ ਉੱਤੇ ਇੱਕ ਲਾਰਜ ਰੂਬੀ ਲੱਗਿਆ ਹੋਇਆ ਸੀਗਾ ਇਹ ਤੁਹਾਡਾ ਜਿਹੜਾ ਆਨਸਰ ਹੈਗਾ ਇਹ ਨੋਟ ਕਰ ਲੈਣਾ ਇਸ ਤੋਂ ਆਪਣੇ ਕੋਲੇ ਅਗਲੇ ਆਉਣਗੇ ਪ੍ਰਸ਼ਨ ਨੂੰ ਆਪਾਂ ਉਹ ਦੇਖਦੇ ਆਂਗੇ ਆਪਣੇ ਇਹ ਕਰ ਲੈਨੇ ਸੀ ਨੰਬਰ ਦੇ ਅਗਲਾ ਪ੍ਰਸ਼ਨ ਹੈ ਆਪਣੇ ਕੋਲੇ ਉਰੋਂ ਸਟਾਰਟ ਹੋ ਰਹੇ ਨੇ ਜਿਵੇਂ ਤੁਸੀਂ ਦੇਖ ਸਕਦੇ ਹੋਗੇ ਬੀ ਸੈਕਸ਼ਨ ਆ ਗਿਆ ਡਿਸਕ੍ਰਾਈਬ ਦੀ ਇਨਸੀਡੈਂਟ ਆਫ ਡੈਲਾ ਸੇਲਿੰਗ ਹਰ ਹੇਅਰ ਇਨ ਯੂਰ ਆਨਵਰਡ ਇਸ ਤੋਂ ਬਾਅਦ ਦੂਜਾ ਗੈਸ ਦੇ ਵਿੱਚ ਔਰ ਆ ਮਤਲਬ ਦੋਨੇ ਚੈੱਕ ਕਰਨਾ ਵਾਈ ਵਾਸ ਦੀ ਪ੍ਰਿੰਸ ਕਾਲਡ ਹੈਪੀ ਪ੍ਰਿੰਸ ਮਤਲਬ ਰਾਜਕਮਾਲ ਨੂੰ ਹੈਪੀ ਪ੍ਰਿੰਸਸ ਕਿਉਂ ਕਿਹਾ ਜਾਂਦਾ ਸੀ ਚਲੋ ਆਪਾਂ ਇਸ ਦੇ ਜਿਹੜੇ ਆਨਸਰ ਨੇ ਉਹ ਦੇਖ ਲੈਣੇ ਆ ਇੱਕ ਵਾਰੀ ਇੱਕ ਗੱਲ ਹੋਰ ਆ ਵਿਦਿਆਰਥੀਓ ਚੈਨਲ ਤੇ ਪਹਿਲੀ ਵਾਰ ਆਏ ਹੋਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਕਿਉਂਕਿ ਸਬਸਕ੍ਰਾਈਬ ਕਰਨ ਵੇ ਤੁਹਾਡੇ ਹੀ ਫਾਇਦਾ ਤੇ ਵੀਡੀਓ ਨੂੰ ਦਬਕ ਕੇ ਸ਼ੇਅਰ ਜ਼ਰੂਰ ਕਰ ਦੇਣਾ ਹਾਂਜੀ ਡਿਸਕ੍ਰਾਈਬ ਦਾ ਇਨਸੀਡੈਂਟ ਆਫ ਡੈਲਾਸ ਸੇਲਿੰਗ ਹਰ ਹੇਅਰ ਇਨ ਯੂਰ ਆਨਵਰਡ ਠੀਕ ਹੈ ਜੀ ਡੈਲਾ ਨੇ ਜਿਹੜੀ ਆਪਣੇ ਸਿਰ ਦੇ ਵਾਲ ਕਿਉਂ ਵਿੱਚ ਸੀ ਅਤੇ ਕਿਸ ਦੇ ਲਈ ਵਿੱਚ ਸੀ ਠੀਕ ਹੈ ਜੀ ਉਹ ਦੱਸਣਾ ਆਪਾਂ ਨੇ ਡੈਲਾ ਵਾਂਟਡ ਟੂ ਬਾਈ ਅ ਨਾਈਸ ਕ੍ਰਿਸਮਸ ਗਿਫਟ ਪ੍ਰੈਜ਼ੈਂਟ ਫੋਰ ਜਿਮ ਮਤਲਬ ਪ੍ਰੈਜ਼ੈਂਟ ਹੁੰਦਾ ਇੱਕ ਤੋਹਫਾ ਜਿਹੜਾ ਡੈਲਾ ਸੀਗੀ ਉਹ ਕ੍ਰਿਸਮਸ ਦਾ ਗਿਫਟ ਦੇਣਾ ਚਾਹੁੰਦੀ ਸੀ ਆਪਣੇ ਪਤੀ ਜਿਸ ਦਾ ਨਾਮ ਹੈਗਾ ਜਿਮ ਬਟ ਸ਼ੀ ਹੈਡ ਨੋਟ ਦਾ ਮਨੀ ਫਾਰ ਇਟ ਪਰ ਉਸ ਦੇ ਕੋਲੇ ਪੈਸੇ ਨਹੀਂ ਹੈਗੇ ਸੀ ਕਿ ਗਿਫਟ ਖਰੀਦਣ ਦੇ ਲਈ ਸੀ ਥੋਟ ਆਫ ਸੇਲਿੰਗ ਹਰ ਬਿਊਟੀਫੁੱਲ ਬ੍ਰਾਊਨ ਹੈਅਰ ਠੀਕ ਹੈ ਜੀ ਉਸਦੇ ਦਿਮਾਗ ਦੇ ਵਿੱਚ ਆਈ ਆਈਆ ਕਿ ਉਹ ਆਪਣੇ ਜਿਹੜੇ ਹੈਗੇ ਨੇ ਬਿਊਟੀਫੁੱਲ ਮਤਲਬ ਸੁੰਦਰ ਬ੍ਰਾਊਨ ਹੈਅਰ ਵੇਚ ਦੇਵੇ ਸੀ ਬੈਂਟ ਟੂ ਅ ਸ਼ਾਪ ਦੈਟ ਡੈਲਟ ਇਨ ਹੈਅਰ ਗੁੱਡਸ ਠੀਕ ਹੈ ਜੀ ਉਹ ਉਸ ਸ਼ਾਪ ਦੇ ਉੱਤੇ ਗਈ ਜਿੱਥੇ ਠੀਕ ਹੈ ਜੀ ਮਤਲਬ ਬਾਲਾਂ ਦੇ ਬਦਲੇ ਸਮਾਨ ਦਿੱਤਾ ਜਾਂਦਾ देयर ਸੀ ਸੋਲਡ ਹਰ हेयर फॉर 20 ਡਾਲਰਸ ਠੀਕ ਹੈ ਜੀ ਉਸਨੇ ਆਪਣੇ ਬਾਲ ਵੇਚੇ 20 ਡਾਲਰਾਂ ਦੇ ਵਿੱਚ ਸੀ ਐਟ ਵਾਂਸ ਟੁਕ ਦਾ ਮਨੀ ਉਸਨੇ ਮਨੀ ਲਈ ਐਂਡ ਰੈਨ ਟੂ ਦਾ ਮਾਰਕੀਟ ਤੇ ਬਾਜ਼ਾਰ ਦੇ ਵਿੱਚ ਗਈ ਟੂ ਬਾਏ A ਪ੍ਰੈਜ਼ੈਂਟ ਫੋਰ ਜਮਾ ਠੀਕ ਹੈ ਜੀ ਜਮਾ ਦੇ ਲਈ ਇੱਕ ਤੋਹਫਾ ਖਰੀਦਣ ਦੇ ਲਈ ਚਲੀ ਗਈ ਸੀ ਇਹ ਤੁਹਾਡਾ ਆਨਸਰ ਹੈ ਇੱਕ ਵਾਰੀ ਮੈਨੂੰ ਨੀਚੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸ ਦੇਣਾ ਠੀਕ ਹੈ ਜੀ ਡੈਲਾ ਦੀ ਪਤਨੀ ਨੇ ਠੀਕ ਹੈ ਜੀ ਡੈਲਾ ਨੇ ਸੋਰੀ ਡੈਲਾ ਨੇ ਆਪਣੇ ਪਤੀ ਦੇ ਲਈ ਜਿਸ ਦਾ ਨਾਮ ਜਮਾ ਉਸ ਦੇ ਲਈ ਕਿਹੜਾ ਜਿਹੜਾ ਗਿਫਟ ਸੀਗਾ ਉਹ ਖਰੀਦਿਆ ਸੀ ਨੀਚੇ ਕਮੈਂਟ ਬਾਕਸ ਵਿੱਚ ਮੈਨੂੰ ਜਰੂਰ ਦੱਸ ਦੇਣਾ ਅਗਲਾ ਆਪਣੇ ਕੋਲ ਕਵਿਸ਼ਨ ਹੈਗਾ ਦੇਖਦੇ ਆਂਗੇ ਬਰੀ ਬੜੀ ਸਿੰਪਲ ਕਵਿਸ਼ਨ ਹੈ ਤੁਸੀਂ ਦੇਖ ਸਕਦੇ ਹੋ ਜੇਕਰ ਤੁਸੀਂ ਸਮਝ ਕੇ ਕਰੋਗੇ ਤੁਸੀਂ ਸਾਰਾ ਕੁਝ ਹੀ ਕਰ ਲਓਗੇ ਠੀਕ ਹੈ ਜੇਕਰ ਤੁਸੀਂ ਰੱਟਾ ਲਗਾਉਂਗੇ ਇਹ ਤੁਹਾਨੂੰ ਕੁਝ ਨਹੀਂ ਸਮਝ ਆਉਣਾ ਤੁਸੀਂ ਜਾ ਕੇ ਭੁੱਲ ਜਾਓਗੇ ਪੇਪਰ ਦੇ ਵਿੱਚ ਜਿਵੇਂ ਕਿ ਆਪਣੇ ਕੋਲ ਹੈਗਾ ਵਾਈ ਵਾਸ ਦੀ ਪ੍ਰਿੰਸ ਕਾਲਡ ਦਾ ਹੈਪੀ ਪ੍ਰਿੰਸ ਦਾ ਪ੍ਰਿੰਸ ਲਿਵਡ ਇਨ ਅ ਪੈਲੇਸ ਠੀਕ ਹੈ ਜੀ ਪੈਲੇਸ ਦੇ ਵਿੱਚ ਰਹਿੰਦਾ ਸੀ 900 ਰੋਅਰ ਅਲੋਡ ਟੂ ਐਂਟਰ देयर ਉੱਥੇ ਜਿਹੜਾ ਦੁਖੀ ਵਾਲਾ ਲੋਕ ਸੀਗੇ ਉਹਨਾਂ ਨੂੰ ਐਂਟਰ ਨਹੀਂ ਕੀਤਾ ਜਾਂਦਾ ਸੀਗਾ ਹੀ ਨੇਵਰ ਹੈਡ ਅ ਟੇਸਟ ਆਫ ਸੈਰੂ ਉਸਨੇ ਕਦੇ ਵੀ ਦੁੱਖ ਨਹੀਂ ਦੇਖਿਆ ਸੀ ਹੀ ਡਿਡ ਨੋਟ ਨੋ ਵਾਟਰ ਟੀਅਰਸ ਵਰ ਉਸ ਨੂੰ ਕੁਝ ਨਹੀਂ ਪਤਾ ਸੀਗਾ ਵੀ ਨਾ ਹੰਝੂ ਕੀ ਹੁੰਦੇ ਨੇ ਹੀ ਆਲਵੇਜ਼ ਰਿਮਾਈਂਡ ਹੈਪੀ ਉਹ ਹਮੇਸ਼ਾ ਸੀਗਾ ਜਿਹੜਾ ਉਹ ਖੁਸ਼ ਰਹਿੰਦਾ ਸੀ ਡਸ ਹੀ ਲਿਵਡ ਠੀਕ ਹੈ ਜੀ ਐਂਡ ਡਸ ਹੀ ਡਾਈਡ ਠੀਕ ਹੈ ਜੀ ਕਦੋਂ ਉਹ ਜਿਉਂਦਾ ਸੀ ਅਤੇ ਕਦੋਂ ਉਹ ਮਰ ਗਿਆ ਸੋ ਹਿਸ ਜਿਹੜਾ ਉਸਦੇ ਕੋਰਟਰੀ ਸੋ ਸਿਰਫ ਜਿਹੜੇ ਉਸਦੇ ਜਿਹੜੇ ਪਲੇਸ ਦੇ ਠੀਕ ਹੈ ਜੀ ਜਿਹੜਾ ਉਸ ਦਾ ਪਲੇਸ ਸੀਗਾ ਉਸ ਦੇ ਜਿਹੜੇ ਸਿਪਾਹੀ ਸੀਗੇ ਉਹ ਉਸ ਨੂੰ ਜਿਹੜਾ ਕਹਿੰਦੇ ਸੀਗੇ ਹੈਪੀ ਪ੍ਰਿੰਸ ਕਹਿੰਦੇ ਸੀ ਤਾਂ ਕਰਕੇ ਉਸ ਨੂੰ ਹੈਪੀ ਪ੍ਰਿੰਸ ਕਹਿੰਦੇ ਸੀ ਇਹ ਤੁਹਾਡਾ ਆਨਸਰ ਹੈਗਾ ਕੌਨਸ਼ਨ ਦਾ ਇਸ ਤੋਂ ਬਾਅਦ ਆਪਣੇ ਕੋਲ ਇੱਕ ਸਟੈਂਜ ਆਊਗਾ ਸਟੈਂਜ ਦੇ ਵਿੱਚ ਆਪਾਂ ਦੇਖ ਕੇ ਕੌਨਸ਼ਨਾਂ ਦੀ ਆਨਸਰ ਦੇਣੀ ਆ ਹਾਂਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਆਪਣੇ ਕੋਲ ਸਟੈਂਜ ਆਗਾ ਸਟੈਂਜ ਦੇ ਵਿੱਚ ਤੁਹਾਨੂੰ ਤਿੰਨ ਕੌਨਸ਼ਨ ਨੇ ਤਿੰਨਾਂ ਵਿੱਚੋਂ ਕੁਝ ਦੋ ਦੇ ਤੁਸੀ ਨੇ ਆਨਸਰ ਦੇਣੇ ਹੋਣਗੇ ਠੀਕ ਹੈ ਦੋਨੇ ਜਿਹੜੇ ਉਹ ਦੋ ਦ ਨੰਬਰ ਦੇ ਨੇ ਸਟੈਂਜ ਦਾ ਕੀ ਆ ਹਾਓ ਹੈਪੀ ਇਸ ਦੀ ਬੌਰਨ ਆਫ ਟੋ ਸਰਵੋਥ ਨੋਟ ਅਨਦਰ ਵਿਲ ਹੂਜ਼ ਆਰਮਰ ਇਜ਼ ਹਿਸ ਹੌਨੈਸਟ ਥੋਟ ਐਂਡ ਸਿੰਪਲ ਟਰੁਥ ਹਿਸ ਯੂਟਮੋਸਟ ਸਕਿੱਲ ਹਾਂਜੀ ਆਪਣੀ ਪਹਿਲਾਂ ਦੇਖਣਾ ਵੀ ਨਾ ਇਹ ਕਿਹੜੀ ਪੋਇਮ ਦੇ ਵਿੱਚੋਂ ਆ ਤੇ ਪੋਇਮ ਦਾ ਜੇਕਰ ਆਪ ਨੂੰ ਪੋਇਟ ਪਤਾ ਉਸ ਦਾ ਆਪਣੇ ਨਾਮ ਲਿਖਣਾ ਇਸ ਵਾਰ ਦੂਜਾ ਕੁਐਸਚਨ ਹੈਗਾ ਵਾਟ ਇਜ਼ ਦ ਯੂਟਮੋਸਟ ਸਕਿੱਲ ਆਫ ਦੀ ਹੈਪੀ ਮੈਨ ਠੀਕ ਹੈ ਵਾਟ ਇਜ਼ ਦਾ ਆਰਮਰ ਆਫ ਅ ਹੈਪੀ ਮੈਨ ਚਲੋ ਆਪਾਂ ਜਿਹੜੇ ਇਹਨਾਂ ਦੀ ਆਨਸਰ ਨੇ ਉਹ ਇੱਕ ਵਾਰੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਹਾਂ ਜਿਵੇਂ ਕਿ ਪਹਿਲਾ ਕੁਐਸਚਨ ਹੈਗਾ ਇਸ ਦਾ ਪੋਇਮ ਹੈ ਕੌਣ ਹੈਗਾ ਤੇ ਪੋਇਟ ਕਿਸ ਦਾ ਕੌਣ ਹੈਗਾ ਠੀਕ ਹੈ ਜੀ ਕਿਹੜੀ ਪੋਇਮ ਆ ਤੇ ਪੋਇਟ ਹਾਂ ਜੀ ਜਿਹੜੀ ਇਹ ਪੋਇਮ ਆ ਉਹ ਕੈਰੈਕਟਰ ਆਫ ਅ ਹੈਪੀ ਮੈਨ ਆ ਠੀਕ ਹੈ ਜੀ ਸਟਾਰਟਿੰਗ ਦੇ ਵਿੱਚ ਵੀ ਪਤਾ ਲੱਗ ਰਿਹਾ ਸੀਗਾ ਜਿੱਥੇ ਲਿਖਿਆ ਹੋਇਆ ਹਾਊ ਹੈਪੀ ਤੋਂ ਠੀਕ ਹੈ ਹੈਪੀ ਮੈਨ ਆ ਕੀ ਇਹਦੇ ਅਤੇ ਜਿਹੜਾ ਇਸ ਦਾ ਪੋਇਟ ਆ ਉਹ ਹੈਗਾ ਸਰ ਹੈਨਰੀ ਬੋਟਮ ਤੁਸੀਂ ਇਸ ਤਰ੍ਹਾਂ ਹੀ ਲਿਖਣਾ ਉਰੋਂ ਲੈ ਕੇ ਉਰੇ ਤੱਕ ਇਹ ਹੀ ਹੈ ਜਿਹੜਾ ਇਸ ਦਾ ਨਾਮ ਆ ਸਰ ਹੈਨਰੀ ਬੋਟਮ ਇਸ ਤੋਂ ਬਾਅਦ ਆਪਣੇ ਕੋਲ ਹੈਗਾ ਸੈਕਿੰਡ ਕੁਐਸਚਨ ਵਾਟ ਇਜ਼ ਦੀ ਆਰਮਰ ਆਫ ਅ ਹੈਪੀ ਮੈਨ ਜਿਹੜੀ ਇਜ਼ ਦੀ ਆਰਮਰ ਆਫ ਅ ਹੈਪੀ ਮੈਨ ਇਜ਼ ਹਿਸ ਹੌਨੈਸਟ ਥਾਟ ਮਤਲਬ ਉਸਦੇ ਸੱਚੇ ਵਿਚਾਰ ਨੇਗੇ ਠੀਕ ਹੈ ਜੀ ਇਸ ਤੋਂ ਬਾਅਦ ਤੀਜਾ ਹੈਗਾ ਵਾਟ ਇਜ਼ ਹਿਸ ਯੂਰ ਟੂ ਮੋਸਟ ਸਕਿੱਲ ਉਸ ਦੀ ਵਟ ਅਟ ਮੋਸਟ ਸਕਿੱਲ ਕਿਹੜੀ ਸੀਗੀ ਉਹਦੀ ਆਟਮੋਸਟ ਸਕਿੱਲ ਜਿਹੜੀ ਹੈਗੀ ਸੀ ਉਸ ਦਾ ਸਿੰਪਲ ਟਰਥ ਸੀ ਮਤਲਬ ਉਹ ਹਮੇਸ਼ਾ ਸਾਦਗੀ ਦੇ ਵਿੱਚ ਬੋਲਦਾ ਸੀ ਤਾਂ ਤੁਹਾਡੇ ਜਿਹੜੇ ਆਨਸਰ ਇਹ ਨੋਟ ਕਰ ਲੈਣਾ ਅਗਲਾ ਪ੍ਰਸ਼ਨ ਆਪਾਂ ਦੇਖ ਲੈਣੇ ਆਂ ਹਾਂਜੀ ਆਪਣੇ ਕੋਲ ਇਸ ਤੋਂ ਬਾਅਦ ਸੈਕਸ਼ਨ B ਆ ਗਿਆ ਜਿਸ ਦੇ ਵਿੱਚ ਆਪਣੇ ਕੋਲੇ ਹੈਗੇ ਨੇਗੇ ਸੈਂਟਰ ਰੈਡੀਅਸ ਯਾਨੀ ਕਿ ਆਪਾਂ ਨੂੰ ਦੋ ਦਿੱਤੇ ਗਏ ਨੇਗੇ ਜਿਵੇਂ ਕਿ ਸੈਂਟਰ ਰੈਡੀਅਸ ਆਫ ਦਿ ਪੋਇਮ ਅ ਬੈਲਡ ਆਫ ਸਰ ਪ੍ਰਤਾਪ ਸਿੰਘ ਔਰ ਡੈਥ ਦਾ ਲੈਵਲ ਠੀਕ ਹੈ ਜੀ ਇਹ ਆਪਣਾ ਜਿਹੜਾ ਸਟੈਂਜ ਹੈਗਾ 4 ਨੰਬਰ ਦਾ ਚਲੋ ਆਪਾਂ ਦੋਨਾਂ ਜਿਹੜੇ ਹੈਗੇ ਨੇ ਸਟੈਂਜ ਜੀ ਉਹ ਦਿਖਾ ਦਿੰਨੇ ਆ ਜਿਹੜੇ ਮੈਂ ਤੁਹਾਡੇ ਲਈ ਕੁਐਸਚਨ ਲੱਭ ਕੇ ਲੈ ਕੇ ਆਇਆਗਾ ਇਹ ਜਿਹੜੇ ਵੈਰੀ ਵੈਰੀ ਸਿੰਪਲ ਵੀ ਇਹਦੇ ਵਿੱਚ ਨੇ ਅਤੇ ਜੇਕਰ ਤੁਸੀਂ ਇੱਕ ਵਾਰੀ ਪੜ੍ਹੋਗੇ ਤੁਹਾਡੇ ਜਿਹੜੇ ਇਹ ਯਾਦ ਹੋ ਜਾਣਗੇ ਹਾਂਜੀ ਆ ਬਲਟ ਆਫ ਸਰ ਪ੍ਰਤਾਪ ਸਿੰਘ ਦਾ ਸੈਂਟਰ ਰਹੇਗਾ ਦਿਸ ਪੋਇਮ ਬ੍ਰਿੰਗ ਆਊਟ ਦੀ ਫੋਲੀ ਆਫ ਦੀ ਕਾਸ ਸਿਸਟਮ ਹੈ ਠੀਕ ਹੈ ਕਾਸ ਸਿਸਟਮ ਬਾਰੇ ਆਪ ਨੂੰ ਦੱਸਦੀ ਹੈਗੀ ਆ ਮੈਨਰ ਇਕਵਲ ਮਤਲਬ ਸਾਰੇ ਜਿਹੜੇ ਮੈਨਣੇਗੇ ਉਹ ਇਕਵਲ ਇਨ ਦੀ ਆਈਜ਼ ਆਫ ਗੋਡ ਮਤਲਬ ਪ੍ਰਮਾਤਮਾ ਦੀ ਅੱਖਾਂ ਦੇ ਵਿੱਚ ਸਾਰੇ ਜਿਹੜੇ ਵਨ ਇਜ਼ ਹਾਈ ਔਰ ਲੋ ਬਾਈ ਕਾਸਟ ਠੀਕ ਹੈ ਜੀ ਕੋਈ ਵੀ ਜਾਤ ਪੱਖੋਂ ਠੀਕ ਹੈ ਜੀ ਉੱਚਾ ਨੀਵਾਂ ਨਹੀਂ ਹੁੰਦਾ ਕੋਈ ਜਾਤ ਉੱਚੀ ਨੀਵੀਂ ਨਹੀਂ ਹੁੰਦੀ ਹਿਊਮਨਿਟੀ ਇਜ਼ ਓਨਲੀ ਟਰੁੱਥ ਕਾਸਟ ਜਿਹੜੀ ਹਿਊਮਨਿਟੀ ਆ ਉਹ ਇੱਕ ਟਰੁੱਥ ਕਾਸਟ ਆ ਟਰੂ ਕਾਸਟ ਆ ਕਾਸਟ ਦੈਟ ਡਿਵਾਈਡਸ ਮੈਨ ਫਰੋਮ ਮੈਨ ਕੈਨੋਟ ਬੀ ਦਾ ਅਲਟ ਟ੍ਰੂ ਕਾਸਟ ਠੀਕ ਹੈ ਜੀ ਜਿਹੜੀ ਲੋਕਾਂ ਨੂੰ ਬੰਡੇ ਉਸ ਨੂੰ ਆਪਾਂ ਇੱਕ ਟ੍ਰੂ ਕਾਸਟ ਨਹੀਂ ਕਹਾਂਗੇ ਤਾਂ ਇਹ ਤੁਹਾਡਾ ਜਿਹੜਾ ਆਨਸਰ ਹੈ ਨੋਟ ਕਰ ਲੈਣਾ ਇਸ ਦਾ ਵੈਰੀ ਵੈਰੀ ਸਿੰਪਲ ਦੀ ਬੀਜ ਦੇ ਵਿੱਚ ਲਿਖਿਆ ਹੋਇਆ ਡੈਥ ਦਾ ਲੈਵਲ ਠੀਕ ਹੈ ਜੀ ਇਸ ਦਾ ਆਪਾਂ ਦੇਖ ਜਾਂਗੇ ਸੈਂਟਰਲ ਜਿਹੜੀ ਆ ਡੈਥ ਕਮ ਟੂ ਆਲ ਠੀਕ ਹੈ ਜਿਹੜੀ ਡੈਥ ਆ ਗਈ ਮਤਲਬ ਮੌਤ ਤਾਂ ਸਾਰਿਆਂ ਨੂੰ ਆਣੀ ਆ ਇਟ ਸਪੀਅਰਸ ਨਨ ਇਹ ਕਿਸੇ ਨੂੰ ਨਹੀਂ ਬਾਕਸ ਦੀ ਸਪੀਅਰਸ ਮਤਲਬ ਬਖਸ਼ਣਾ It treats the mighty and the weak equality. It reduces everyone to dust. Therefore, it is unless to both of one power or wealth. only our goods action remain after our death therefore we should always be just in our action ਇਹ ਤੁਹਾਡਾ ਜਿਹੜਾ ਸੈਂਟਰ ਜੜੀ ਹੈ ਨੋਟ ਕਰ ਲੈਣਾ ਇਸ ਦਾ ਆਨਸਰ ਬੇਰੀ ਬੇਰੀ ਸਿੰਪਲ ਵੇ ਦੇ ਵਿੱਚ ਅਗਲਾ ਕੁਐਸਚਨ ਹੈਗੇ ਨੇ ਆਪਣੇ ਕੋਲੇ ਇੰਗਲਿਸ਼ ਲਿਟਰੇਚਰ ਦੇ ਕੁਐਸਚਨ ਆ ਗਏ ਨੇ ਕਿ ਜਿਵੇਂ ਤੁਸੀਂ ਦੇਖ ਸਕਦੇ ਹੋਗੇ ਤਿੰਨ ਕੁਐਸਚਨ ਕਰਨੇ ਹੋਣਗੇ ਆਪਾਂ ਨੂੰ ਦਿੱਤੇ ਹੋਏ ਨੇ ਕਿ ਚਾਰ ਜਿਹੜੇ ਕਿ ਤਿੰਨੇ ਹੋਣਗੇ ਉਹ ਹੋਣਗੇ ਆਪਣੇ ਕੋਲੇ ਤਿੰਨ ਤਿੰਨ ਨੰਬਰ ਦੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਵੀਡੀਓ ਕਾਫੀ ਲੰਬੀ ਹੋ ਸਕਦੀ ਹੈ 30 40 ਮਿੰਟ ਦੀ ਪਰ ਤੁਸੀਂ ਐਂਡ ਤੱਕ ਜਰੂਰ ਦੇਖਣੀ ਆ ਕਿਉਂਕਿ ਜੇਕਰ ਤੁਸੀਂ ਨੇ ਸੇਵਸ ਦਾ ਤੁਹਾਨੂੰ ਕੱਖ ਨਹੀਂ ਆਉਂਦਾ ਤੁਹਾਡੇ ਲਈ ਇਹ ਵੀਡੀਓ ਹੈਗੀ ਹੈ ਕਾਫੀ ਜਿਹੜਾ ਜ਼ਿਆਦਾ ਜਿਹੜੀ ਹੈਲਪਫੁਲ ਲਗੀ ਇਹ ਤਾਂ ਹਜੇ ਵੀਡੀਓ ਦਾ ਪਾਰਟ ਨੰਬਰ ਪਹਿਲਾ ਹੈਗਾ ਇੱਕ ਪੇਪਰ ਆਪਾਂ ਹੋਰ ਪਾਵਾਂਗੇ ਸਾਰੇ ਪੇਪਰ ਜਿਹਨੇ ਪਾਵਾਂਗੇ ਸਾਰਿਆਂ ਨੂੰ ਜ਼ਰੂਰ ਦੇਖ ਲੈਣਾ ਪਹਿਲਾ ਕੁਸ਼ਨ ਹੈਗਾ ਵਾਈ ਡਿਡ ਸੋਬੀ ਆਸਕ ਦਾ ਮੈਨ ਟੂ ਵੇਟ ਠੀਕ ਹੈ ਜੀ ਜਿਹੜਾ ਸੋਬੀ ਸੀਗਾ ਉਸਨੇ ਇੱਕ ਮਨੁੱਖ ਨੂੰ ਕਿਉਂ ਕਿਹਾ ਸੀਗਾ ਕਿ ਤੂੰ ਇੱਥੇ ਵੇਟ ਕਰ ਉਸ ਦਾ ਰੀਜ਼ਨ ਕੀ ਸੀਗਾ ਉਸ ਦੇ ਪਿੱਛੇ ਹੂ ਡਿਡ ਦਾ ਆਥਰ ਆਫ ਬੈੱਡ ਨੰਬਰ 29 ਮੀਟ ਇਨ ਹਸਪੀਟਲ ਕੌਣ ਮੀਟ ਮਿਲਣ ਆਇਆ ਸੀਗਾ ਆਥਰ ਨੂੰ ਬੈੱਡ ਨੰਬਰ 29 ਤੇ ਠੀਕ ਹੈ ਜੀ ਵਾਈ ਵਾਸ ਹੀ देयर ਠੀਕ ਹੈ ਜੀ ਉਹ ਉੱਥੇ ਕਿਉਂ ਸੀ ਹੂ ਵਾਸ ਮਿਸ ਲੋਟਾ ਲੂਇਸ ਠੀਕ ਹੈ ਜੀ ਮਿਸ ਮਿਸ ਜਿਹੜਾ ਲੋਟਾ ਸੀਗਾ ਉਹ ਕੌਣ ਸੀਗਾ ਡਿਡ ਸੀ ਵੈਲਕਮ ਗਿਲੀਅਨ ਕਮਿੰਗ ਠੀਕ ਹੈ ਜੀ ਕਿ ਉਸਨੇ ਕੀਤਾ ਸੀ ਵੈਲਕਮ ਵਾਸ ਸੀ ਹੈਪੀ ਵਿਦ ਹਿਸ ਆਫਰ ਕੀ ਉਹ ਜਿਹੜਾ ਆਫਰ ਦਿੱਤਾ ਸੀ ਉਸ ਨੂੰ ਉਸ ਦੇ ਨਾਲ ਉਹ ਹੈਪੀ ਸੀ ਗਿਵ ਦਾ ਰੀਜ਼ਨ ਫੋਰ ਯੂਰ ਆਨਸਰ ਆਨਸਰ ਦੇ ਆਪਣੇ ਕਾਰਨ ਦੱਸਣੇ ਨੇ ਹਾਊ ਡਿਡ ਸੂਬੀ ਪ੍ਰੋਫਿਟ ਇਨਕਰੀਜ਼ ਡਿਊਰਿੰਗ ਵਾਰ ਠੀਕ ਹੈ ਜੀ ਵਾਰ ਦੇ ਦੌਰਾਨ ਠੀਕ ਹੈ ਜੀ ਸੂਬੀ ਨੇ ਕਿਵੇਂ ਜਿਹੜਾ ਹੈਗਾ ਸੀ ਉਹ ਪ੍ਰੋਫਿਟ ਕੀਤਾ ਡਿਡ ਹੀ ਫੋਲੋ ਦਾ ਰੂਲ ਲੇਡ ਬਾਏ ਦਾ ਗਵਰਨਮੈਂਟ ਕਿ ਉਸਨੇ ਜਿਹੜੇ ਰੂਲ ਸੀਗੇ ਜਿਹੜੇ ਗਵਰਨਮੈਂਟ ਦੇ ਰੂਲ ਹੁੰਦੇ ਨੇ ਵੀ ਨਾ ਤੁਸੀਂ ਨੇ ਜੀਐਸਟੀ ਤੇ ਜਾਂ ਟੈਕਸ ਤੇ ਤੁਸੀਂ ਨੇ ਜਿਹੜਾ ਹੈਗਾ ਸਮਾਨ ਉਹ ਵੇਚਣਾਗਾ ਕਿ ਉਸਨੇ ਉਹ ਫੋਲੋ ਕੀਤੇ ਹਾਊ ਡਿਡ ਦਾ ਹੀ ਟੈਕਲ ਦਾ ਆਫੀਸਰ ਜਦੋਂ ਆਫੀਸਰ ਉਸਦੇ ਕੋਲੇ ਆਉਂਦੇ ਸੀ ਉਹ ਕਿਵੇਂ ਦਾ ਜਿਹੜਾ ਪ੍ਰਬੰਧ ਕਰਦਾ ਸੀ ਚਲੋ ਆਪਾਂ ਜਿਹੜੇ ਇਹਨਾਂ ਦੇ ਆਨਸਰ ਨੇ ਉਹ ਕਰਵਾ ਦਿੰਨੇ ਆ ਹਾਂਜੀ ਇਮੇਂ ਕਿ ਆਪਕੋ ਨੇ ਫਸਟ ਕਵਿਸ਼ਨ ਹੈਗਾ ਹਵਾਈ ਡਿਡ ਦਾ ਸੂਵੀ ਆਸਕ ਦਾ ਮੈਨ ਟੂ ਵੇਟ ਠੀਕ ਹੈ ਜੀ ਉਹ ਸੂਵੀ ਨੇ ਜਿਹੜਾ ਇੱਕ ਬੰਦਾ ਆਇਆ ਸੀ ਉਸਦੇ ਕੋਲ ਉਸ ਨੂੰ ਕਿਉਂ ਕਿਹਾ ਕਿ ਤੂੰ ਇੱਥੇ ਵੇਟ ਕਰ ਅਤੇ ਇਸ ਦੇ ਪਿੱਛੇ ਕੀ ਕਰਨਾ ਸੂਵੀ ਡਿਡ ਨੋਟ ਵਾਂਟ ਟੂ ਅਨੀ ਵਨ ਟੂ ਨੋ ਅਬਾਊਟ ਹਿਜ ਸੀਕ੍ਰੇਟ ਗੋ ਡਾਊਨ ਠੀਕ ਹੈ ਜੀ ਜਿਹੜਾ ਸੂਵੀ ਸੀਗਾ ਉਹ ਕਿਸੇ ਨੂੰ ਨਹੀਂ ਚਾਹੁੰਦਾ ਸੀਗਾ ਕਿ ਕਿਸੇ ਨੂੰ ਉਸਦੇ ਗੋ ਡਾਊਨ ਬਾਰੇ ਜਿਹੜਾ ਉਸਦਾ ਸੀਕ੍ਰੇਟ ਗੋ ਡਾਊਨ ਸੀਗਾ ਬਿਨਾਂ ਕਿਸੇ ਨੂੰ ਉਸਦੇ ਗੋ ਡਾਊਨ ਬਾਰੇ ਪਤਾ ਚੱਲ ਸਕੇ ਠੀਕ ਹੈ ਜੀ ਸੋ ਹੀ ਆਸਕ ਦਾ ਮੈਨ ਟੂ ਵੇਟ ਤਾਂ ਕਰਕੇ ਉਸਨੇ ਉਸ ਨੂੰ ਮੈਨ ਨੂੰ ਕਹਿ ਦਿੱਤਾ ਸੀਗਾ ਤੂੰ ਵੇਟ ਕਰ ਲਾ ਹੀ ਸੇਡ ਡੈਟ ਹੀ ਵੁੱਡ ਹੈਵ ਟੂ ਗੋ ਕਿ ਉਸ ਨੂੰ ਜਾਣ ਦਿਓ ਐਂਡ ਬ੍ਰਿੰਗ ਰਾਈਸ ਫਰੋਮ ਸਮ ਅਦਰ ਮੈਨ ਕਿ ਉਹ ਮਤਲਬ ਬਿਨਾਂ ਦੂਜੇ ਬੰਦੇ ਤੋਂ ਹੋਰ ਰਾਈਸ ਲੈਣ ਜਾ ਰਿਹਾ ਹੈਗਾ ਪਰ ਜਿਹੜਾ ਉਹ ਰਾਈਸ ਸੀਗਾ ਉਹ ਆਪਣੇ ਜਿਹੜਾ ਉਸ ਦਾ ਸੀਕ੍ਰੀਟ ਗੋਡਾਊਨ ਸੀ ਉਸ ਤੋਂ ਜਾ ਕੇ ਲਿਆਉਂਦਾ ਹੁੰਦਾ ਸੀਗਾ ਤਾਂ ਇਹ ਤੁਹਾਡਾ ਆਨਸਰ ਹੈਗਾ ਨੋਟ ਕਰ ਲਓ ਇਸ ਤੋਂ ਬਾਅਦ ਨੈਕਸਟ ਹੈਗਾ ਵਾਈ ਡਿਡ ਦਾ ਆਥਰ ਮੀਟ ਇਨ ਹਸਪੀਟਲ ਕਿਉਂ ਮਿਲਿਆ ਸੀਗਾ ਤੇ ਕੌਣ ਮਿਲਿਆ ਸੀਗਾ ਹੂ ਮਤਲਬ ਸੋਰੀ ਹੂ ਮਤਲਬ ਕੌਣ ਮਿਲਿਆ ਸੀ ਅਤੇ ਵਾਈ ਵਾਸ ਹੀ ਥੇਅਰ ਕਿਉਂ ਉਹ ਜਿਹੜਾ ਹੈਗਾ ਸੀ ਆਥਰ ਉੱਥੇ ਕਿਉਂ ਸੀ ਦਾ ਆਥਰ ਮੀਟ ਪਰਸਨ ਨੇਮਡ ਨੀਮ ਜਿਹੜਾ ਉਥਰ ਨੇ ਇਹ ਨੀਮ ਨਾਮ ਦੇ ਇੱਕ ਬੰਦੇ ਨੂੰ ਹਸਪੀਟਲ ਦੇ ਵਿੱਚ ਮਿਲਿਆ ਲਾਈਕ ਦਾ ਉਥਰ ਨੀਮ 2 ਵਾਸ ਬਲਿੰਡ ਮਤਲਬ ਉਹ ਜਿਹੜਾ ਨੀਮ ਸੀਗਾ ਉਹ ਵੀ ਬਲਿੰਡ ਸੀਗਾ ਬਲਾਈਂਡ ਸੀਗਾ ਮਤਲਬ ਅੰਨਾ ਸੀਗਾ ਜਿਵੇਂ ਉਥਰ ਸੀਗਾ ਬੋਥ ਆਫ ਥੈਮ ਹੈਡ ਬੀਨ ਐਡਮਾਇਰ देयर ਫੋਰ ਦਾ ਆਪਰੇਸ਼ਨ ਆਫ देयर ਆਈਜ਼ ਜਿਹੜੇ ਐਡਮਿਟਡ ਸੋਰੀ ਜਿਹੜੇ ਦੋਨੇ ਸੀਗੇ ਉਹ ਨੀਮ ਤੇ ਉਤਰੋ ਹੋ ਉਥੇ ਐਡਮਿਟ ਸੀਗੇ ਹਸਪੀਟਲ ਦੇ ਵਿੱਚ ਆਪਰੇਸ਼ਨ ਦੇ ਲਈ ਇਹ ਤੁਹਾਡਾ ਆਨਸਰ ਹੈ ਨੋਟ ਕਰ ਲੈਣਾ ਅਗਲਾ ਆਪਣੇ ਕੋਲੇ ਕੁਐਸਚਨ ਹੈਗਾ ਉਹ ਹੂ ਵਾਸ ਮਿਸਾ ਲੋਟਾ ਇਸ ਦਾ ਜਿਹੜਾ ਆਪਾਂ ਆਨਸਰ ਉਹ ਦੱਸ ਦਨੇ ਆ ਜਿਹੜਾ ਮਿਸ ਲੋਟਾ ਸੀਗੇ ਉਹ ਹੈਗੀ ਸੀਗੀ ਐਕਟਰੈਸ ਸੀਗੀ ਠੀਕ ਹੈ ਜੀ ਸੀ ਡਿਡ ਨੋਟ ਵੈਲਕਮ ਗਿਲিয়ান ਕਮਿੰਗ ਠੀਕ ਹੈ ਜੀ ਉਸਨੇ ਵੈਲਕਮ ਕੋਈ ਨਹੀਂ ਕੀਤਾ ਗਿਲਿਆਨ ਦੇ ਆਉਣ ਦਾ ਠੀਕ ਹੈ ਜੀ ਸੀ ਵਾਸ ਨੋਟ ਹੈਪੀ ਵਿਦ ਗਿਲিয়ান ਆਫਰ ਉਹ ਗਿਲਿਆਨ ਦੇ ਆਫਰ ਦੇ ਨਾਲ ਖੁਸ਼ ਨਹੀਂ ਸੀ ਸੀ ਵਾਂਟਡ ਮਚ ਕੋਸਟਲियर ਪੈਂਡੈਂਟ ਠੀਕ ਹੈ ਜੀ ਉਹ ਚਾਹੁੰਦੀ ਸੀ ਕਿ ਉਸ ਨੂੰ ਬਹੁਤ ਹੀ ਮਹਿੰਗਾ ਜਿਹੜਾ ਪੈਂਡਲੈਂਟ ਉਹ ਦੇਵੇ ਤਾਂ ਇਹ ਤੁਹਾਡਾ ਜਿਹੜਾ ਆਨਸਰ ਹੈਗਾ ਇਹ ਨੋਟ ਕਰ ਲੈਣਾ ਇਸ ਤੋਂ ਬਾਅਦ ਆਪਣੇ ਕੋਲ ਹੈਗਾ ਨੈਕਸਟ ਪ੍ਰੈਸ਼ਨ ਸ਼ੂ ਵੀ ਕਿਵੇਂ ਪ੍ਰੋਫਿਟ ਇਨਕਰੀਜ਼ ਹੋਇਆ ਉਸ ਦਾ ਡੂਰਿੰਗ ਦਾ ਵਾਰ ਮਤਲਬ ਹੁੰਦਾ ਵਾਰ ਲੜਾਈ ਲੜਾਈ ਦੇ ਦੌਰਾਨ ਦੇਰਵਾਸ ਸੈਕਰੀਟੀ ਆਫ ਰਾਈਸਰ ਠੀਕ ਹੈ ਜੀ ਜਿਹੜੀ ਰਾਈਸ ਦੀ ਤੰਗੀ ਹੋ ਗਈ ਸੀ ਮਤਲਬ ਰਾਈਸ ਸੀਗਾ ਜਿਹੜਾ ਬਹੁਤ ਘੱਟ ਸੀਗਾ ਪਰ ਸੂਬੀ ਦੇ ਕੋਲੇ ਜਿਹੜਾ ਜਮਾ ਕੀਤਾ ਹੋਇਆ ਸੀਗਾ ਸੂਬੀ ਸੋਲਡ ਹਿਸ ਸਟਾਕ ਐਟ ਅ ਵੈਰੀ ਹਾਈ ਰੇਟ ਐਂਡ ਮੇਡ ਅ ਬਿਗ ਪ੍ਰੋਫਿਟ ਠੀਕ ਹੈ ਜਿਹੜਾ ਸੂਬੀ ਸੀਗਾ ਉਹ ਜਿਹੜਾ ਆਪਣਾ ਸਟਾਕ ਸੀਗਾ ਮਤਲਬ ਜਿਹੜਾ ਉਸ ਦਾ ਭੰਡਾਰ ਸੀਗਾ ਭੰਡਾਰ ਮਤਲਬ ਠੀਕ ਹੈ ਜੀ ਇੱਕ ਸਟਾਕ ਹੁੰਦਾਗਾ ਠੀਕ ਹੈ ਜੀ ਮਤਲਬ ਭੰਡਾਰ ਸੀ ਉਸ ਦੇ ਕੋਲੇ ਚੋਲਾ ਦਾ ਠੀਕ ਹੈ ਜੀ ਉਹ ਕੀ ਕਰਦਾ ਸੀਗਾ ਕਿ ਉਸ ਨੂੰ ਆ ਮਹਿੰਗੇ ਮੁੱਲ ਦੇ ਉੱਤੇ ਵੇਚ ਦਿੰਦਾ ਸੀ ਅਤੇ ਉਸ ਦਾ ਜਿਹੜਾ ਕਾਫੀ ਜ਼ਿਆਦਾ ਉਹ ਮੁਨਾਫਾ ਕਮਾਉਂਦਾ ਸੀ ਹੀ ਫਾਲੋਡ ਦ ਰੂਲ ਓਨਲੀ ਔਨ ਪੇਪਰਸ ਉਹ ਕੇਵਲ ਠੀਕ ਹੈ ਜੀ ਕਾਗਜ਼ਾਂ ਦੇ ਉੱਤੇ ਹੀ ਰੱਖਦਾ ਸੀਗਾ ਠੀਕ ਹੈ ਜੀ ਰੂਲਾਂ ਨੂੰ ਐਂਡ ਨੋਟ ਇਨ ਪ੍ਰੈਕਟਿਸ ਮਤਲਬ ਉਹ ਜਿਹੜਾ ਕੋਈ ਰੂਲ ਨਹੀਂ ਮੰਨਦਾ ਸੀਗਾ ਉਸ ਦੇ ਜਿਹੜੇ ਰੂਲ ਸੀਗੇ ਉਹ ਸਿਰਫ ਕਾਗਜ਼ ਦੇ ਉੱਤੇ ਸੀਗੇ ਠੀਕ ਹੈ ਜੀ ਹੀ ਬ੍ਰਾਈਵਡ ਦਾ ਆਫੀਸਰ ਹੂ ਕਮ ਟੂ ਚੈੱਕ ਦਾ ਹਿਸ ਸਟਾਕ ਐਂਡ ਅਕਾਊਂਟਸ ਠੀਕ ਹੈ ਜੀ ਜਿਹੜੇ ਆਫੀਸਰ ਆਉਂਦੇ ਸੀਗੇ ਉਹਦੀ ਚੈਕਿੰਗ ਕਰਨ ਅਤੇ ਉਸ ਦੇ ਜਿਹੜੇ ਸਟਾਕ ਨੂੰ ਚੈੱਕ ਕਰਨਾ ਅਤੇ ਉਸ ਦੇ ਬੈਂਕ ਅਕਾਊਂਟ ਨੂੰ ਚੈੱਕ ਕਰਨ ਉਹ ਜਦੋਂ ਆਉਂਦੇ ਸੀਗੇ ਤਾਂ ਸੁਪੀ ਕੀ ਕਰਦਾ ਸੀ ਉਹਨਾਂ ਨੂੰ ਰਿਸਬਤ ਦੇ ਦਿੰਦਾ ਸੀਗਾ ਤਾਂ ਕਰਕੇ ਉਹ ਬਚੀ ਜਾਂਦਾ ਸੀ ਇਹ ਤੁਹਾਡਾ ਜਿਹੜਾ ਕਨਸਟ ਦਾ ਆਨਸਰ ਹੈ ਨੋਟ ਕਰ ਲੈਣਾ ਇਸ ਤੋਂ ਬਾਅਦ ਆਪਾਂ ਅਗਲੇ ਪ੍ਰਸ਼ਨਾਂ ਵੱਲ ਦੇਖਦੇ ਹਾਂ ਹਾਂਜੀ ਅਗਲੇ ਪ੍ਰਸ਼ਨ ਆਪਣੇ ਕੋਲੇ ਹੈਗੇ ਨੇ ਬੋਕਾਬੁਲਰੀ ਜਿਹੜੀ ਕਿ ਆਪਣੇ ਕੋਲੇ ਡੂ ਐਸ ਡਾਇਰੈਕਟ ਨੇਗੇ ਫੀਲਿੰਗ ਦੀ ਬਲੈਂਕ ਵਿਦ ਸੂਟੇਬਲ ਵਰਡ ਆਪਾਂ ਇਸ ਦੇ ਵਿੱਚ ਬਲੈਂਕ ਦੇ ਵਿੱਚ ਕੋਈ ਵਰਡ ਭਰਨਾ ਇੱਕ ਜਿਹੜਾ ਆਪ ਨੂੰ ਇੱਥੇ ਲਿਖਿਆ ਹੋਇਆਗਾ ਇਫੈਕਟ ਤੇ ਇਫੈਕਟ ਇਹਨਾਂ ਦੋਨਾਂ ਦਾ ਮਤਲਬ ਅਲੱਗ-ਅਲੱਗ ਆ ਆਪਾਂ ਨੂੰ ਕਿਵੇਂ ਪਤਾ ਲੱਗੂਗਾ ਕਿ ਇਸ ਦੇ ਵਿੱਚ ਕਿਹੜਾ ਹੋਊਗਾ ਬੈਡ ਡੈਸ਼ ਆਫ ਡਰੱਗਸ ਬਾਜ ਸੂਨ ਫੈਲਟ ਠੀਕ ਹੈ ਜੀ ਮਤਲਬ ਭਿਆਨਕ ਨਤੀਜੇ ਨੇ ਮਤਲਬ ਮੰਦੇ ਨਤੀਜੇ ਨਿਕਲਣਗੇ ਤਾਂ ਜਿਹੜਾ ਇਸ ਦਾ ਜਿਹੜਾ ਆਨਸਰ ਹੈਗਾ ਉਹ ਆਵੇਗਾ ਈ ਵਾਲਾ ਮਤਲਬ ਸੈਕੰਡ ਵੈਕਟਰ ਇਸ ਵਾਰ ਦੂਜਾ ਆਪਣੇ ਕੋਲੇ ਕਰੈਕਟ ਦਾ ਸੈਂਟੈਂਸ 기ਵਨ ਸੈਂਟੈਂਸ ਰੀਆਜ਼ ਹਿਅਰ ਆਰ ਬਿਗ ਠੀਕ ਹੈ ਜੀ ਇੱਥੇ ਜਿਹੜਾ ਰੀਆਜ਼ ਹਿਅਰ ਆ ਨਹੀਂ ਲੱਗਦਾ ਇੱਥੇ ਆਰ ਦੀ ਜਗ੍ਹਾ ਤੇ ਲੱਗ ਜੂਗਾ ਇਜ਼ ਇਜ਼ ਲਗਾ ਕੇ ਤੁਹਾਡਾ ਜਿਹੜਾ ਆਨਸਰ ਹੈ ਇਹ ਨੋਟ ਕਰ ਲੈਣਾ ਅਗਲਾ ਆਪਣੇ ਕੋਲ ਪ੍ਰਸ਼ਨ ਹੈਗਾ ਯੂਜ਼ ਦ ਫੋਲੋਇੰਗ ਈਡੀਅਮ ਇਨ ਯੂਅਰ ਸੈਂਟੈਂਸ ਇਨ ਦੀ 에ਅਰ ਮਤਲਬ ਇਨ ਦੀ 에ਅਰ ਨੂੰ ਇੱਕ ਤਰ੍ਹਾਂ ਦਾ ਮੁਹਾਵਰਾ ਬਣਾਉਣਾ ਹੈ ਇਸ ਦਾ ਇਨ ਦਾ 에ਅਰ ਇਨ ਦਾ 에ਅਰ ਦਾ ਤੁਸੀਂ ਮੁਹਾਵਰਾ ਆਪਣੇ ਆਪ ਬਣਾ ਲੈਣਾ ਪਰ ਮੈਂ ਤੁਹਾਨੂੰ ਇੱਕ ਦੱਸ ਹੀ ਦੇਣਾ ਠੀਕ ਹੈ ਜੀ ਰਾਮ ਆਲਵੇਜ਼ ਗਿਵ ਦਇਰ ਐਕਸਕਿਊਜ਼ ਇਨ ਦੀ 에ਅਰ ਠੀਕ ਹੈ ਜੀ ਤੁਹਾਡਾ ਆਨਸਰ ਹੈ ਇੱਕ ਵਾਰ ਤੁਸੀਂ ਨੇ ਇਹ ਆਪਣੇ ਆਪ ਹੀ ਕਰ ਲੈਣਾ ਅਗਲਾ ਪ੍ਰਸ਼ਨ ਹੈਗਾ ਆਪਣੇ ਕੋਲ ਗਿਵ ਵਨ ਵਰਡ ਫੋਰ ਦੀ ਫੋਲੋਇੰਗ ਮਤਲਬ ਬਹੁਤੇ ਸ਼ਬਦਾਂ ਇਥਾਂ ਇੱਕ ਸ਼ਬਦ ਠੀਕ ਹੈ ਜੀ ਆ ਵਰਡ ਓਪੋਜ਼ਿਟ ਇਨ ਮੀਨਿੰਗ ਠੀਕ ਹੈ ਜੀ ਇਹਦਾ ਵਰਡ ਓਪੋਜ਼ਿਟ ਹੋਵੇ ਮਤਲਬ ਦੇ ਵਿੱਚ ਉਸ ਨੂੰ ਆਪਾਂ ਕਹਣੇ ਆਂਗੇ ਐਂਟੋਨੀਅਮ ਐਨ ਟ ਓ ਐਨ ਵਾਈ ਐਮ ਠੀਕ ਹੈ ਜੀ ਐਂਟੋਨੀਅਮ ਇਹ ਤੁਹਾਡਾ ਆਨਸਰ ਹੈ ਨੋਟ ਕਰ ਲੈਣਾ ਅਤੇ ਇਸ ਤੋਂ ਬਾਅਦ ਆਪਣੇ ਕੋਲ ਸੈਕਸ਼ਨ ਈ ਆਊਗਾ ਜਿਸ ਦੇ ਵਿੱਚ ਆਪਾਂ ਨੇ ਟਰਾਂਸਲੇਸ਼ਨ ਕਰਨੀ ਹੋਊਗੀ ਜਿਵੇਂ ਕਿ ਆਪ ਨੂੰ ਦਿੱਤੇ ਹੋਏ ਨੇ ਕਿ ਇਹਨਾਂ ਦੇ ਵਿੱਚੋਂ ਆਪਾਂ ਕਿਸੇ ਹਾਂਜੀ ਕਿਸੇ ਆਪਾਂ ਨੇ ਤਿੰਨ ਦੇ ਕਰਨੇ ਨੇ ਟ੍ਰਾਂਸਲੇਟ ਜਿਹੜੇ ਆਪਾਂ ਨੂੰ ਪੰਜ ਦਿੱਤੇ ਹੋਏ ਨੇ ਚਲੋ ਆਪਾਂ ਜਿਹੜੇ ਇਹਨਾਂ ਦੇ ਆਨਸਰ ਨੇ ਉਹ ਦੇਖ ਦਿਆਂਗੇ ਹਾਂਜੀ ਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਆਂ ਆਪਾਂ ਸਿੱਧਾ ਤੁਹਾਨੂੰ ਗੂਗਲ ਦੇ ਵਿੱਚ ਇਹਨਾਂ ਦੇ ਆਨਸਰ ਦਿਖਾ ਦੇਣੇ ਟ੍ਰਾਂਸਲੇਟ ਕਰਕੇ ਆਪਣੇ ਕੋਲ ਹੈਗਾ ਪਹਿਲਾ ਇਟ ਇਜ਼ ਵੈਰੀ ਕੋਲਡ ਹੇਅਰ ਠੀਕ ਹੈ ਜੀ ਹੇਅਰ ਠੀਕ ਹੈ ਜੀ ਇੱਥੇ ਬਹੁਤ ਜ਼ਿਆਦਾ ਜਿਹੜੀ ਠੰਡ ਹੈ ਠੀਕ ਹੈ ਜੀ ਦੂਜਾ ਹੈਗਾ ਵਾਰ ਇਜ਼ ਦ ਵੋਸਟ ਐਗਜ਼ੈਂਪਲ ਜੰਗ ਸਭ ਤੋਂ ਭੈੜੀ ਉਦਾਹਰਨ ਹੈ ਇਹ ਤੁਹਾਡਾ ਦੂਜੇ ਦਾ ਹੋ ਗਿਆ ਫੀਅਰ ਇਜ਼ ਵਨ ਆਫ ਮੈਨਸ ਮੋਸਟ ਕਾਮਨ ਐਨਮੀਜ਼ ਜਿਹੜਾ ਡਰ ਆਗਾ ਮਤਲਬ ਇੱਥੇ ਲਿਖਿਆ ਹੋਇਆ ਡਰ ਮਨੁੱਖ ਦੇ ਸਭ ਤੋਂ ਆਮ ਦੁਸ਼ਮਣਾਂ ਵਿੱਚੋਂ ਇੱਕ ਹੈ ਮਤਲਬ ਡਰ ਆ ਜਿਹੜਾ ਮਨੁੱਖ ਦਾ ਦੁਸ਼ਮਣ ਅਗਲਾ ਹੈਪਨ ਹੋਏਗਾ ਚੌਥਾ ਟੀਅਰਸ ਅਪੀਅਰਡ ਇਨ ਹਰ ਆਈਜ਼ ਠੀਕ ਹੈ ਜੀ ਮਤਲਬ ਉਸ ਦੀਆਂ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਦੂਜਾ ਹੈਗਾ ਆਪਣੇ ਕੋਲ ਅਗਲਾ ਨੈਕਸਟ ਪੰਜਵਾਂ ਡੀਅਰ ਦੈਨ ਅਨਦਰ ਡ੍ਰੋਪ ਫੈਲ ਠੀਕ ਹੈ ਜੀ ਫਿਰ ਇੱਕ ਹੋਰ ਬੂੰਦ ਡਿੱਗੀ ਇਹ ਜਿਹੜਾ ਚੈਪਟਰ ਦੇ ਵਿੱਚੋਂ ਲਿੱਤਾ ਗਿਆ ਹੈਪੀ ਪ੍ਰਿੰਸ ਵਾਲੇ ਦੇ ਵਿੱਚੋਂ ਟਰਾਂਸਲੇਟ ਤਾਂ ਇਹ ਜਿਹੜਾ ਹੈਗੇ ਨੇ ਤੁਸੀਂ ਇਹ ਟਰਾਂਸਲੇਸ਼ਨ ਆ ਜਿਹੜੀ ਉਹ ਯਾਦ ਕਰ ਲੈਣੀ ਆ ਇੱਥੋਂ ਦੇਖ ਕੇ ਤੁਸੀਂ ਨੇ ਦੇਖ ਲੈਣਾ ਠੀਕ ਹੈ ਜੀ ਇਹ ਦੇਖ ਲਿਆ ਹਾਂਜੀ ਆਪਣੀ ਇਹ ਟ੍ਰਾਂਸਲੇਟਰਨ ਕਰ ਲਈ ਆਪਣੀ ਠੀਕ ਹੈ ਜੀ ਪੰਜਾਬੀ ਦੇ ਵਿੱਚ ਇਸ ਤੋਂ ਬਾਅਦ ਆਪਣੇ ਕੋਲ ਪੰਜਾਬੀ ਵਿੱਚ ਦਿੱਤੇ ਹੋਏ ਨੇ ਪੰਜਾਬੀ ਤੋਂ ਬਣਾ ਕੇ ਆਪਾਂ ਨੂੰ ਇੰਗਲਿਸ਼ ਦੇ ਵਿੱਚ ਲਿਖਣੇ ਹੋਣਗੇ ਚਲੋ ਜਿਹੜੇ ਇਹਨਾਂ ਦੇ ਵਿੱਚੋਂ ਆਪਾਂ ਸਾਰਿਆਂ ਦਿਖਾ ਦਿੰਨੇ ਆਂ ਪਰ ਕੋਈ ਤਿੰਨ ਦੇ ਕਰਮ ਨਹੀਂ ਹੁੰਦੇ ਨੇ ਟ੍ਰਾਂਸਲੇਸ਼ਨ ਤਾਂ ਇਸ ਤਰ੍ਹਾਂ ਹੁੰਦੀ ਹੈ ਕਿ ਕੋਈ ਰੱਟਾ ਲਾਉਣ ਦੀ ਲੋੜ ਨਹੀਂ ਹੁੰਦੀ ਇਹਨਾਂ ਤੇ ਤੁਹਾਨੂੰ ਜਿਹੜੇ ਹੈਗੇ ਨੇ ਰੂਲ ਅਕੋਰਡਿੰਗ ਤੁਹਾਨੂੰ ਟ੍ਰਾਂਸਲੇਟ ਕਰਨਾ ਆਉਣਾ ਚਾਹੀਦਾਗਾ ਚਲੋ ਆਪਾਂ ਇਸ ਦੇ ਜਿਹੜੇ ਆਨਸਰ ਨੇ ਉਹ ਦਿਖਾਉਣੇ ਹੈਗੇ ਹਾਂ ਜਿੰਨੇ ਕਿ ਆਪਾਂ ਕੋਲ ਪਹਿਲਾ ਹੈਗਾ ਉਹ ਇੱਥੇ ਰਹਿ ਸਕ ਕਰਦਾ ਸੀ ਠੀਕ ਜੀ ਉਹ ਇੱਥੇ ਬਿੰਦ ਦਾ ਮਤਲਬ ਉਹ ਇੱਥੇ ਰਿਹਾ ਕਰਦਾ ਸੀ ਚਲੋ ਆਪਾਂ ਜਿਹੜਾ ਇਸ ਦਾ ਜਿਹੜਾ ਟਰਾਂਸਲੇਟ ਕਰਕੇ ਦਿਖਾਉਣਾ ਤੁਹਾਨੂੰ ਇੰਗਲਿਸ਼ ਦੇ ਵਿੱਚ ਹਾਂਜੀ ਇਸ ਦਾ ਟਰਾਂਸਲੇਟ ਆ ਜਾਊਗਾ ਹੀ ਯੂਜ਼ ਟੂ ਲਿਵ ਹੇਅਰ ਮਤਲਬ ਉਹ ਉਸ ਦੀ ਉਹ ਪੁਰਾਣੀ ਸਮੇਂ ਤੋਂ ਉੱਥੇ ਰਹਿ ਰਿਹਾ ਕਰਦਾ ਸੀ ਤਾਂ ਕਰਕੇ ਜਿਹੜਾ ਇੱਥੇ ਲੰਘੇ ਯੂਜ਼ ਟੂ ਹੀ ਯੂਜ਼ ਟੂ ਲਿਵ ਹੇਅਰ ਇਹ ਤੁਹਾਡਾ ਜਿਹੜਾ ਆਨਸਰ ਹੈ ਨੋਟ ਕਰ ਲਓ ਅਗਲਾ ਹੈਗਾ ਆਪਣੇ ਕੋਲੇ ਮੈਂ ਪੱਤਰ ਲਿਖ ਰਿਹਾ ਹਾਂ ਮਤਲਬ ਮੈਂ ਪੱਤਰ ਲਿਖ ਰਿਹਾ ਹਾਂ ਮਤਲਬ ਹੁਣ ਲਿਖ ਰਿਆਂਗਾ ਇਦਰੇ ਟ੍ਰਾਂਸਲੇਟ ਅਗਾ ਹੋ ਆਜੂਗਾ ਆਈ ਐਮ ਰਾਈਟਿੰਗ ਅ ਲੈਟਰ ਮਤਲਬ ਇਸ ਤੇ ਲੱਗ ਗਿਆ ਆਪਣੇ ਕੋਲੇ ਪ੍ਰੈਜ਼ੈਂਟ ਕੰਟੀਨਿਊ ਟੈਂਸ ਇਸ ਦਾ ਨੋਟ ਕਰ ਲਓ ਆਨਸਰ ਨੈਕਸਟ ਹੈਗਾ ਆਪਣੇ ਕੋਲੇ ਤੀਜਾ ਕੀ ਚਪੜਾਸੀ ਘੰਟੀ ਬਜਾ ਰਿਹਾ ਹੈ ਮਤਲਬ ਬਜਾ ਰਿਹਾ ਹੈਗਾ ਘੰਟੀ ਜਿਹੜਾ ਚਪੜਾਸੀ ਇਨਟੈਰੋਗੇਟਿਵ ਆ ਗਿਆ ਜੋ ਇਸ ਦਾ ਆਨਸਰ ਤੁਸੀਂ ਦੇਖ ਸਕਦੇ ਹੋਗੇ ਇਸ ਦਾ ਪੀ ਐਨ ਮਤਲਬ ਘੰਟੀ ਬਜਾ ਰਿਹਾ ਹੈਗਾ ਮਤਲਬ ਰਿੰਗ ਦਾ ਬੈਲ ਇਹ ਤੁਹਾਡਾ ਜਿਹੜਾ ਆਨਸਰ ਹੈ ਇਹ ਨੋਟ ਕਰ ਦੇਣਾ ਪਿੱਛੇ ਲੱਗ ਜੂ ਕੌਂਫਿਸ਼ਨ ਮਾਰਕ ਇਸ ਨੂੰ ਨੋਟ ਕਰ ਦੇਣਾ ਅਗਲਾ ਆਪਣੇ ਕੋਲ ਹੈਗਾ ਆਪਾਂ ਦੇਖਦੇ ਆਂਗੇ ਹਾਂਜੀ ਅਗਲਾ ਹੈਗਾ ਆਪਣੇ ਕੋਲ ਚੌਥਾ ਉਹ ਕਦੇ ਆਗਰਾ ਨਹੀਂ ਗਿਆ ਹੈ ਅਗਲਾ ਹੈਗਾ ਅਸੀਂ ਚਾਹ ਪੀ ਰਹੇ ਸੀ ਚਲੋ ਆਪਾਂ ਦੋਨਾਂ ਦੇ ਦੇਖ ਲੈਣੇ ਆਨਸਰ ਜਿਵੇਂ ਤੁਸੀਂ ਦੇਖ ਸਕਦੇ ਹੋ ਚੌਥੇ ਦਾ ਉਹ ਕਦੇ ਆਗਰਾ ਨਹੀਂ ਗਿਆ ਹੈ ਹੀ ਹੈਜ਼ ਨੈਵਰ ਬੀਨ ਟੂ ਆਗਰਾ ਠੀਕ ਹੈ ਜੀ ਵੀ ਵਰ ਡਰਿੰਕਿੰਗ ਟੀ ਅਸੀਂ ਚਾਹ ਪੀ ਰਹੇ ਸੀ ਇਹ ਤੁਹਾਡੇ ਜਿਹੜੇ ਆਨਸਰ ਇਹਨਾਂ ਨੂੰ ਨੋਟ ਕਰ ਲੈਣਾ ਹਾਂਜੀ ਆਪਣੇ ਪੰਜਾਂ ਦੇ ਜਿਹੜੇ ਟਰਾਂਸਲੇਟ ਕਰਕੇ ਤੁਹਾਨੂੰ ਦਿਖਾ ਦਿੱਤੇ ਨੇ ਇਸ ਤੋਂ ਬਾਅਦ ਆਪਣੇ ਕੋਲ 2 ਐਕਸ ਡਾਇਰੈਕਟ ਹੋਣਗੇ ਜਿਹੜੇ ਕਿ ਹੋਣਗੇ ਆਪਣੇ ਕੋਲੇ 10 ਨੰਬਰ ਦੇ ਫਿਲਿੰਗ ਦੀ ਬਲੈਂਕਸ ਵਿਦ ਸੂਟੇਬਲ ਡਿਟਰਮਿਨਨ ਭਰਨਾ ਹੈਗਾ ਇੱਥੇ ਆਪਾਂ ਨੂੰ ਡੈਸ਼ ਦਿੱਤੀ ਹੋਈ ਹੈਗੀ ਸਾਈਡ ਤੇ ਤੁਸੀਂ ਦੇਖ ਸਕਦੇ ਹੋਗੇ ਆਪਣੇ ਦਿੱਤੇ ਹੋਏ ਨੇ ਗਿਆ ਹ ਜਿਵੇਂ ਕਿ ਪਹਿਲੇ ਹੈਗਾ ਆਈ ਹੈਵ ਅ ਡੈਸ਼ ਫਰੈਂਡ ਹੂ ਲੁੱਕ ਐਸ ਸਟੂਪਿਡ ਮੇਰਾ ਇੱਕ ਦੋਸਤ ਹੈ ਜਿਹੜਾ ਦਿਖ ਰਿਹਾ ਹੈਗਾ ਇੱਕ ਤਰ੍ਹਾਂ ਦਾ ਸਟੂਪਿਡ ਐਸ ਐਨ ਆਲ ਮਤਲਬ ਉੱਲੂ ਦੀ ਤਰ੍ਹਾਂ ਇਸ ਦਾ ਜੁਗਾ ਆਈ ਹੈਵ ਅ ਫਰੈਂਡ ਠੀਕ ਹੈ ਜੀ ਹੀ ਸਟੂਪਿਡ ਐਨ ਇੱਥੇ ਡੈਸ਼ ਦੀ ਕੱਟ ਕੇ ਤੁਸੀਂ ਨੇ ਐਨ ਇੱਥੇ ਮੈਂ ਲਿਖ ਦੱਤਾ ਠੀਕ ਹੈ ਜੀ ਇਹ ਤੁਹਾਡਾ ਜਿਹੜਾ ਅੰਤਰ ਹੈ ਇਹ ਨੋਟ ਕਰ ਲੈਣਾ ਠੀਕ ਹੈ ਜੀ ਤਾਂ ਇਸ ਤੋਂ ਬਾਅਦ ਆਪਣੇ ਕੋਲ ਅਗਰ ਫੀਲਿੰਗ ਦੀ ਬਲੈਂਕਸ ਵਿਦ ਪ੍ਰੈਪੋਜੀਸ਼ਨ ਪ੍ਰੈਪੋਜੀਸ਼ਨ ਭਰਨਾ ਆਪਾਂ ਨੇ ਇੱਥੇ ਆਪਾਂ ਨੂੰ ਦਿੱਤਾ ਹੋਇਆ ਹੈਗਾ ਠੀਕ ਹੈ ਜੀ ਲਾਸਟ ਦੇ ਉੱਤੇ ਬਰੈਕਟ ਦੇ ਵਿੱਚ ਇਨ ਅਤੇ ਔਨ ਇਨ ਮਾਡਰਨ ਟਾਈਮਸ ਬੁਕਸ ਆਰ ਬੀਇੰਗ ਪਬਲਿਸ਼ਡ ਡੈਸ਼ ਅ ਵੈਰੀ ਲਾਰਜ ਨੰਬਰ ਡੈਸ਼ ਆਲ ਸਬਜੈਕਟ ਅੰਡਰ ਦਾ ਸਨ ਇੱਥੇ ਆ ਜਾਊਗਾ ਇਨ ਅ ਵੈਰੀ ਲਾਰਜ ਲੈਂਡ ਮਤਲਬ ਪਹਿਲੀ ਇਸ ਤੋਂ ਬਾਅਦ ਜਿਹੜੀ ਦੂਜੀ ਹੈਗੀ ਉਹ ਆ ਜਾਊਗੀ ਨੰਬਰ ਆਲ ਸਬਜੈਕਟਸ ਇਹ ਤੁਹਾਡਾ ਜਿਹੜਾ ਆਨਸਰ ਹੈ ਨੋਟ ਕਰ ਲੈਣਾ ਇਸ ਤੋਂ ਬਾਅਦ ਆਪਣੇ ਕੋਲ ਅਗਲਾ ਹੈ ਫਿਲਿੰਗ ਦੀ ਬਲੈਂਕਸ ਵਿਦ ਅ ਸੂਟੇਬਲ ਮਾਡਲ ਠੀਕ ਹੈ ਆਪਣੇ ਮਾਡਲ ਭਰਨਾ ਹੈਗਾ ਜਿਵੇਂ ਕਿ ਪਹਿਲਾ ਆਪਣੇ ਕੋਲੇ ਆਈ ਡੈਸ਼ স্মੈਲ ਫਾਇਰ ਬਰਨਿੰਗ ਆਈ ਕੈਨ ਜਾਂ ਆਈ ਵਿਲ ਇਹ ਤੁਹਾਨੂੰ ਦੱਸਣਾ ਹੈਗਾ ਇਸ ਦਾ ਆਨਸਰ ਚਲੋ ਮੈਂ ਜਿਹੜਾ ਇਸ ਦਾ ਆਨਸਰ ਹੈ ਤੁਹਾਨੂੰ ਉਹ ਦੱਸ ਦਿੰਦਾ ਮਤਲਬ ਕੈਨ ਕੈਨ ਹੁੰਦਾ ਸਕਦਾ ਹਾਂ ਮੈਂ ਇਸ ਠੀਕ ਹੈ ਜੀ ਮੱਚੀ ਹੋਈ ਅੱਗ ਦੀ ਜਿਹੜੀ ਆਪਾਂ ਮੈਂ ਸਮੈਲ ਸੁੰਘ ਸਕਦਾਗਾ ਦੂਜਾ ਆਪਣੇ ਕੋਲ ਹੈਗਾ ਡਿਊਟੀ ਡੈਸ਼ ਬੀਨ ਡਨ ਡਿਊਟੀ ਜਿਹੜੀ ਉਹ ਚਾਹੀ ਚਾਹੀਦੀ ਹੈ ਕਿ ਉਸ ਨੂੰ ਡਿਊਟੀ ਤੇ ਜਾਣਾ ਚਾਹੀਦਾਗਾ ਇਹ ਤੋਂ ਆਪਣੇ ਕੋਲ ਆ ਹੈਗਾ ਫੀਲਿੰਗ ਦੀ ਬਲੈਂਕ ਵਿਦ ਸੂਟੇਬਲ ਕਨਜੰਕਸ਼ਨ ਭਰਨਾ ਹੈਗਾ ਕਨਜੰਕਸ਼ਨ ਜਿਵੇਂ ਕਿ ਦਿੱਤਾ ਹੋਇਆ ਆਪਾਂ ਨੂੰ ਬ੍ਰੈਕਟ ਦੇ ਵਿੱਚ ਡੈਸ਼ ਆਈ ਵਾਸ 扬 ਵੈਨ ਮਤਲਬ ਜਦੋਂ ਮੈਂ ਛੋਟਾ ਸੀ ਆਈ ਯੂਸ ਟੂ ਟ੍ਰੈਵਲ ਅ ਲੋਟ ਮਤਲਬ ਮੈਂ ਬਹੁਤ ਜ਼ਿਆਦਾ ਟ੍ਰੈਵਲਿੰਗ ਕਰਦਾ ਸੀ ਬਟ ਨਾਓ ਇੱਥੇ ਲਿਖ ਜੂਗਾ ਐਜ਼ ਨਾਓ ਠੀਕ ਹੈ ਜੀ ਆਈ ਐਮ 올ਡ ਮੈਂ ਜਿਹੜਾ ਵੱਡਾ ਹੋ ਗਿਆ ਇਹ ਤਾਂ ਕਰਕੇ ਮੇਰੇ ਲਈ ਬਹੁਤ ਹੀ ਡਿਫਿਕਲਟੀ ਆ ਮਤਲਬ ਓਖਾ ਟਰੈਵਲ ਕਰਨਾ ਇਹ ਤੁਹਾਡਾ ਆਨਸਰ ਆ ਗਿਆ ਫਿਲਿੰਗ ਦੀ ਬਲੈਂਕ ਵਿਦ ਸੂਟੇਬਲ ਨੋਨ ਫਾਈਨੈਂਟ ਭਰਨਾ ਆਪਣੇ ਇੱਥੇ ਠੀਕ ਹੈ ਜੀ ਜਿਵੇਂ ਕਿ ਇੱਥੇ ਪਹਿਲਾ ਨੋਨ ਫਾਈਨੈਂਟ ਆ ਪਹਿਲਾ ਆਈ ਐਮ ਅਫਰੇਡ ਆਫ ਆਫ ਡੈਸ਼ ਇਨ ਦੀ ਕੋਰਟ ਮਤਲਬ ਅਪੀਅਰਿੰਗ ਏ ਡਬਲ ਪੀ ਈ ਆ ਆਰ ਆਈ ਐਨ ਜੀ ਆਈ ਐਨ ਜੀ ਲੱਗ ਜੂ ਇਸ ਦੇ ਪਿੱਛੇ ਅਗਲਾ ਆਪਣੇ ਕੋਲ ਹੈਗਾ ਦੂਜਾ ਡੈਸ਼ ਡੌਗਜ਼ ਸੈਲਡਮ ਬਾਈਟ ਇਥੇ ਆ ਜਾਊਗਾ ਆਪਣੇ ਕੋਲੇ ਬਾਰਕਿੰਗ ਠੀਕ ਹੈ ਜੀ ਬੀ ਆਰ ਕੇ ਆਈ ਐਨ ਜੀ ਬਾਰਕਿੰਗ ਮਤਲਬ ਜਿਹੜੇ ਕੁੱਤੇ ਭੌਂਕਦੇ ਨੇ ਉਹ ਕਦੇ ਘਟਦੇ ਘਟਦੇ ਨਹੀਂ ਹੁੰਦੇ ਠੀਕ ਹੈ ਜੀ ਉਹ ਭੌਂਕਦੀ ਹੁੰਦੇ ਨੇ ਕੁੱਤੇ ਇਹ ਤੁਹਾਡਾ ਆਨਸਰ ਹੈ ਇਹ ਨੋਟ ਕਰ ਲੈਣਾ ਇਸ ਤੋਂ ਬਾਅਦ ਆਪਣੇ ਕੋਲ ਲਾਸਟ ਤੇ ਆ ਰਹੀਆਂ ਨੇ ਗਿਆ ਇੱਕ ਆਪਣੇ ਕੋਲ ਦਿੱਤਾ ਹੋਇਆ ਨੋਟਿਸ ਲਿਖਣਾ ਇਸ ਦੇ ਉੱਤੇ ਜਿਵੇਂ ਕਿ ਆਪਣੇ ਕੋਲ ਪਹਿਲਾ ਹੈਗਾ ਤੁਸੀਂ ਦੇਖ ਸਕਦੇ ਹੋ ਪਹਿਲਾ ਹੈਗਾ ਆਪਣੇ ਕੋਲੇ ਨੋਮੇ ਨੰਬਰ ਤੇ ਯੂ ਆਰ ਰਜੀਵ ਕੁਮਾਰ ਸ਼ਰਮਾ ਐਂਡ ਬੋਏ ਆਫ ਡੀਏਵੀ ਪਬਲਿਕ ਸਕੂਲ ਲੁਧਿਆਣਾ ਮਤਲਬ ਤੁਸੀਂ ਰਜੀਵ ਸ਼ਰਮਾ ਹੋਗੇ ਅਤੇ ਤੁਸੀਂ ਡੀਏਬੀ ਪਬਲਿਕ ਸਕੂਲ ਦੇ ਵਿੱਚ ਪੜ੍ਹਦੇ ਹੋਗੇ ਤੁਸੀਂ ਨੇ ਨੋਟਿਸ ਲਿਖਣਾ ਫੋਰ ði ਹਾਊਸ ਕੈਪਟਨ ਠੀਕ ਹੈ ਜੀ ਹਾਊਸ ਕੈਪਟਨ ਦੇ ਲਈ ਟੂ ਅਟੈਂਡ ði ਮੀਟਿੰਗ ਵਿਦ ði ਵਾਈਸ ਪ੍ਰਿੰਸੀਪਲ ਫੋਰ ði ਅਲੋਕੇਸ਼ਨ ਆਫ ਡਿਊਟੀਆਂ ਫੋਰ ਮੇਨਟੇਨਿੰਗ ਡਿਸਪਲਾਈਨ ਇਨ ði ਸਕੂਲ ਤੁਸੀਂ ਨੇ ਠੀਕ ਹੈ ਜੀ ਇੱਕ ਨੋਟਿਸ ਲਿਖਣਾਗਾ ਜਿਸ ਦੇ ਵਿੱਚ ਜਿਹੜਾ ਲਿਖਣਾਗਾ ਕੀ ਤੁਸੀਂ ਨੇ ਜਿਹੜੇ ਹਾਊਸ ਕੈਪਟਨਜ਼ ਨੇ ਤੁਹਾਡੇ ਠੀਕ ਹੈ ਜੀ ਉਹਨਾਂ ਦੇ ਨਾਲ ਤੁਸੀਂ ਨੇ ਅਟੈਂਡ ਕਰਨ ਦੇਗਾ ਮੀਟਿੰਗ ਜਿਸ ਦੇ ਵਿੱਚ ਵਾਈਸ ਪ੍ਰਿੰਸੀਪਲ ਹੋਣਗੇ ਤੇ ਉਥੇ ਐਲੋਕੇਟ ਕੀਤੇ ਜਾਣਗੇ ਮਤਲਬ ਡਿਊਟੀਆਂ ਰੱਖੀਆਂ ਜਾਣਗੀਆਂ ਵੰਡੀਆਂ ਜਾਣਗੀਆਂ ਡਿਊਟੀਆਂ ਟੂ ਮੇਨਟੇਨਿੰਗ ਦਾ ਡਿਸਪਲਾਈਨ ਇਨ தி ਸਕੂਲ ਮਤਲਬ ਸਕੂਲ ਦੇ ਵਿੱਚ ਅਨੁਸ਼ਾਸਨ ਬਰਕਰਾਰ ਰੱਖਣ ਦੇ ਲਈ ਵੰਡੀਆਂ ਜਾਣਗੀਆਂ ਡਿਊਟੀਆਂ ਤਾਂ ਉਸ ਦੇ ਉੱਤੇ ਆਪਾਂ ਨੇ ਨੋਟਿਸ ਲਿਖਣਾ ਇੱਕ ਆਪਣੇ ਕੋਲ ਇਸ ਦੇ ਵਿੱਚ ਜਾਂ ਦੇ ਵਿੱਚ ਆ ਮਤਲਬ ਔਰ ਦੇ ਵਿੱਚ ਦੋਨੋਂ ਚੈੱਕ ਕਰਨਾਗਾ ਇੱਕ ਆਪਣੇ ਕੋਲ ਡਰਾਫਟ ਐਂਡ ਐਡਵਰਟਾਈਜ਼ਮੈਂਟ ਫਾਰ ਟਿਪ ਟੋਪ ਬਿਊਟੀ ਪਾਰਲਰ ਚਲੋ ਆਪਾਂ ਦੋਨਾਂ ਦੇ ਤੁਹਾਨੂੰ ਆਨਸਰ ਹੋਰ ਦਿਖਾ ਦਿੰਨੇ ਆ ਹਾਂਜੀ हां ਜਿਵੇਂ ਕਿ ਤੁਸੀਂ ਦੇਖ ਸਕਦੇ ਹੋਗੇ ਆਪਣੇ ਕੋਲੇ ਇਹ ਹੈਗਾ ਨੋਟਿਸ ਯੂ ਆਰ ਦੇਵ ਸ਼ਰਮਾ ਜਿਵੇਂ ਕਿ ਹੈੱਡ ਆਫ ਦਿੱਤਾ ਹੋਇਆ ਗਿਆ ਇੱਥੇ ਜਿਵੇਂ ਕਿ ਇੱਥੇ ਤੁਸੀਂ ਲਿਖ ਦੇਣਾਗਾ ਤੁਸੀਂ ਇਸ ਤਰ੍ਹਾਂ ਡੱਬਾ ਬਣਾਉਣਾ ਪਹਿਲਾਂ ਠੀਕ ਹੈ ਜੀ ਇਸ ਦੇ ਵਿੱਚ ਜਿਵੇਂ ਕਿ ਮੈਂ ਕੀ ਤੁਹਾਨੂੰ ਉੱਤੇ ਲਿਖਿਆ ਹੋਊਗਾ ਠੀਕ ਹੈ ਜੀ ਤੁਹਾਡੇ ਹੈਡਿੰਗ ਦੇ ਵਿੱਚ ਉਸ ਤਰ੍ਹਾਂ ਤੁਸੀਂ ਨਾ ਉਹ ਸਕੂਲ ਦਾ ਨਾਮ ਲਿਖਣਾ ਤੁਸੀਂ ਆਪਣੇ ਸਕੂਲ ਦਾ ਨਾਮ ਨਹੀਂ ਲਿਖਣਾ ਜਿਵੇਂ ਉਸ ਦੇ ਵਿੱਚ ਡੀਏਵੀ ਸਕੂਲ ਸੀਗਾ ਤਾਂ ਡੀਏਵੀ ਲਿਖਿਆ ਜਾਊਗਾ ਔਰ ਇਹ ਸਾਡੇ ਕੋਲੇ ਸਾਨੂੰ ਇਹੀ ਲੱਭਿਆਗਾ ਠੀਕ ਹੈ ਜੀ ਨੋਟਿਸ ਫॉर ਮੀਟਿੰਗ ਇਸ ਤਰ੍ਹਾਂ ਲਿਖਣਾ ਤੁਸੀਂ ਨੇ ਇਸ ਤੋਂ ਬਾਅਦ ਡੇਟ ਪਾ ਦੇਣੀ ਆ ਅ ਮੀਟਿੰਗ ਆਫ ਦੀ ਹਾਊਸ ਕੈਪਟਨ ਵਿਦ ਦਾ ਵਾਈਸ ਪ੍ਰਿੰਸੀਪਲ ਵਿਲ ਬੀ ਹੈਲਡ ਇਨ ਰੂਮ ਨੰਬਰ 32 ਮਤਲਬ ਜਿਹੜੀ ਹਾਊਸ ਕੈਪਟਨ ਨੇ ਇਹ ਉਹਨਾਂ ਦੀ ਜਿਹੜੀ ਮੀਟਿੰਗ ਹੈਗੀ ਉਹ ਵਾਈਸ ਪ੍ਰਿੰਸੀਪਲ ਦੇ ਨਾਲ ਰੱਖੀ ਗਈ ਹੈਗੀ ਰੂਮ ਨੰਬਰ 32 ਦੇ ਵਿੱਚ 10 ਏਐਮ ਔਨ ਸੈਚਰਡੇ 10 ਵਜੇ ਸ਼ਨੀਵਾਰ ਨੂੰ ਦਾ 30th ਆਫ ਹਿਸ ਦਿਸ ਮੰਥ ਮਤਲਬ 30 ਤਰੀਕ ਨੂੰ ਠੀਕ ਜੀ ਦਾ ਪਰਪਸ ਆਫ ਦਾ ਮੀਟਿੰਗ ਇਜ਼ ਟੂ ਡਿਸਕਸ ਅ ਵੇ ਫਾਰ ਇੰਪਰੂਵਮੈਂਟ ਆਫ ਡਿਸਪਲਾਈਨ ਇਨ தி ਸਕੂਲ ਜਿਹੜਾ ਉਸ ਮੀਟਿੰਗ ਦਾ ਪਰਪਸ ਆ ਮਤਲਬ ਉਸ ਦਾ ਮੇਨ ਮੋਟਿਵ ਕੀ ਹੈ ਕਿ ਮੀਟਿੰਗ ਰੱਖਣ ਦਾ ਉਸ ਦਾ ਮੇਨ ਮੋਟਿਵ ਇਹੀ ਹੈ ਕਿ ਜਿਹੜਾ ਆਪਣੇ ਸਕੂਲ ਦੇ ਵਿੱਚ ਡਿਸਪਲਾਈਨ ਨਹੀਂ ਹੈਗਾ ਡਿਸਪਲਾਈਨ ਨੂੰ ਇੰਪਰੂਵ ਕਰਨ ਦੇ ਲਈ ਉਹ ਮੀਟਿੰਗ ਸੱਦੀ ਗਈ ਆ ਐਂਡ ਦਾ ਐਲੋਕੇਸ਼ਨ ਆਫ ਡਿਊਟੀਜ਼ ਫੋਰ ਦੀ ਸੇਮ ਆ ਦੇ ਡਿਊਟੀਜ਼ ਜਿਹੜੀ ਐਲੋਕੇਸ਼ਨ ਕਰਨ ਦੇ ਲਈ ਆਲ ਹਾਊਸ ਕੈਪਟਨਸ ਸ਼ੁੱਡ ਮੇਕ ਇਟ ਪੁਆਇੰਟ ਟੂ ਅਟੈਂਡ ਦਾ ਮੀਟਿੰਗ ਜਿਹੜੇ ਸਾਰੇ ਹਾਊਸ ਦੇ ਕੈਪਟਨ ਨੇ ਉਹਨਾਂ ਨੂੰ ਇਹ ਚਾਹੀਦਾ ਕਿ ਇਹ ਮੀਟਿੰਗ ਅਟੈਂਡ ਕਰਨਾ ਇਸ ਤੋਂ ਬਾਅਦ ਲਿਖਣਾ ਨਾ ਨੀਚੇ ਤੁਸੀਂ ਨੇ ਦੇਵ ਸਰਮਾ ਹੈੱਡ ਬੋਏ ਨੇ ਇਹ ਤਾਂ ਇਹ ਤੁਹਾਡਾ ਜਿਹੜਾ ਆਨਸਰ ਹੈ ਨੋਟ ਕਰ ਦੇਣਾ ਇਸ ਦੇ ਵਿੱਚ ਜਾਣ ਦੇ ਵਿੱਚ ਹੈਗਾ ਆਪਣੇ ਕੋਲੇ ਐਡਵਰਟਾਈਜ਼ਮੈਂਟ ਇਸ ਤਰ੍ਹਾਂ ਤੁਸੀਂ ਲਿਖ ਦੇਣਾ ਇਸ ਤਰ੍ਹਾਂ ਬਣਾ ਕੇ ਜ਼ਰੂਰ ਲਿਖ ਦੇਣਾ ਇੱਥੇ ਫੋਟੋਆਂ ਜਿਹਾ ਬਣਾ ਦਿਓ ਥੋੜੀਆਂ ਜੀਆਂ ਬਿਊਟੀ ਪਾਰਲਰ ਦੇ ਸਮਾਨ ਦੀਆਂ ਜਿਵੇਂ ਕਿ ਪਹਿਲਾ ਹੈਗਾ ਥ੍ਰੈਡਿੰਗ ਮਤਲਬ ਧਾਗੇ ਠੀਕ ਹੈ ਜੀ ਵੈਕਸਿੰਗ ਬਲੀਚਿੰਗ ਫੇਸ਼ੀਅਲ ਇਹ ਸਾਰੇ ਜਿਹੜੇ ਹੈਗੇ ਨੇ ਇਹ ਪਾਰਲਰ ਦੇ ਵਿੱਚ ਹੁੰਦੇ ਨੇਗੇ ਇਸ ਵਾਰ ਹੇਅਰ ਕਟਿੰਗ ਹੈਅਰ ਕਲਰਿੰਗ ਟਿਪ ਟੋਪ ਬਿਊਟੀ ਪਾਰਲਰ ਗਾਂਧੀ ਮਾਰਕੀਟ ਦਿੱਲੀ ਐਡਵਰਟਾਈਜ਼ਮੈਂਟ ਹੁੰਦੀ ਹੈ ਮਸ਼ਹੂਰੀ ਮਤਲਬ ਕੋਈ ਪਾਰਲਰ ਹੈਗਾ ਉਹ ਆਪਣੀ ਮਸ਼ਹੂਰੀ ਕਰਵਾ ਰਿਹਾ ਕਿਤੇ ਵੀ ਸੋਸ਼ਲ ਮੀਡੀਆ ਦੇ ਉੱਤੇ ਅਖਬਾਰ ਦੇ ਵਿੱਚ ਤਾਂ ਉਹ ਕਿਸ ਤਰ੍ਹਾਂ ਲਿਖੇਗਾ ਉਹ ਦੱਸਿਆ ਹੋਇਆ ਹੈ ਇਸ ਦੇ ਵਿੱਚ ਚਲੋ ਆਪਾਂ ਜਿਹੜੇ ਆਨਸਰ ਆਗੇ ਨੈਕਸਟ ਆਪਾਂ ਉਹ ਦੇਖਦੇ ਹਾਂਗੇ ਹਾਂਜੀ ਆਪਣੇ ਕੋਲੇ ਅੱਗੇ ਆ ਰਿਹਾ ਹੈਗਾ ਆਪਣੇ ਕੋਲੇ ਪੈਰਾਗ੍ਰਾਫ ਕਰਨਾ ਕਿਸੇ ਇੱਕ ਦਾ ਪਹਿਲਾ ਤਾਂ ਆਪਣੇ ਕੋਲ ਹੈਗਾ ਦੀਵਾਲੀ ਦਾ ਠੀਕ ਹੈ ਜੀ ਆਪਾਂ ਨੂੰ ਦਿੱਤਾ ਹੋਇਆ ਦੀਵਾਲੀ ਦਾ ਅੱਗੇ ਦੂਜਾ ਜਿਹੜਾ ਆਪਣੇ ਕੋਲ ਹੈਗਾ ਉਹ ਹੈਗਾ ਇਹਨਾਂ ਦੇ ਵਿੱਚੋਂ ਲੱਗ ਰਿਹਾ ਮੈਨੂੰ ਹਾਂਜੀ ਲੇਜ਼ਰ ਦਾ ਲੇਜ਼ਰ ਮਤਲਬ ਹੁੰਦਾ ਆਰਾਮ ਕਰਨਾ ਇਹ ਤੁਹਾਡਾ ਜਿਹੜਾ ਦੋਨਾਂ ਦੇ ਵਿੱਚੋਂ ਕੋਈ ਇੱਕ ਕਰਨਾ ਇਹ ਮੈਂ ਤੁਹਾਨੂੰ ਦੋਨੇ ਹੀ ਕਰਵਾ ਦਿਨਾਗਾ ਹਾਂਜੀ ਵਿਦਿਆਰਥੀ ਜਿਵੇਂ ਤੁਸੀਂ ਦੇਖ ਸਕਦੇ ਹੋ ਦਿਵਾਲੀ ਦਾ ਆ ਗਿਆ ਦਿਵਾਲੀ ਇਜ਼ ਐਨ ਇੰਪੋਰਟੈਂਟ ਇੰਡੀਅਨ ਫੈਸਟੀਵਲ ਜਿਹੜਾ ਦਿਵਾਲੀ ਆ ਉਹ ਕਾਫੀ ਜ਼ਿਆਦਾ ਇੰਪੋਰਟੈਂਟ ਫੈਸਟੀਵਲ ਹੈਗਾ ਇਟ ਇਜ਼ ਜਨਰਲੀ ਫਾਲ ਇਨ ਦੀ ਮੰਥ ਆਫ ਨੋਮਬਰ ਇਟ ਕਮਸ 20 ਡੇਸ ਆਫਟਰ ਦਸਹਿਰਾ ਦਸਹਿਰੇ ਤੋਂ ਇਹ 20 ਦਿਨ ਬਾਅਦ ਆਉਂਦਾ ਸ੍ਰੀ ਰਾਮ ਕਮ ਟੂ ਬੈਕ ਟੂ ਅਯੁੱਧਿਆ ਔਨ ਦਿਸ ਡੇ ਜਦੋਂ RAM JI ਸੀ ਗਏ ਹੋ ਅਯੁੱਧਿਆ ਵਾਪਸ ਆਏ ਸੀਗੇ ਇਸ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਠੀਕ ਹੈ ਜੀ ਵਾਸ ਸੈਟ ਫਰੀਡ ਬਾਈ ਦੇ ਮੁਗਲ एंपਾਇਰ ਔਨ ਥਿਸ ਡੇ ਠੀਕ ਹੈ ਜੀ ਜਿਹੜੇ ਮੁਗਲ एंपਾਇਰ ਤੋਂ ਰਿਹਾ ਹੋਏ ਸੀਗੇ ਇੱਕ ਸੀਗੇ ਸੀਗੇ ਜੀ ਗੁਰੂ ਗੋਬਿੰਦ ਸਰਗੋਬਿੰਦ ਸਾਹਿਬ ਜੀ ਦਿਸ ਫੈਸਟੀਵਲ ਇਜ਼ ਸੈਲੀਬ੍ਰੇਟਡ ਇਨ ਏਵਰੀ ਵਿਲੇਜ ਐਂਡ ਟਾਊਨ ਹਰੇਕ ਜ਼ਿਲ੍ਹੇ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਇਹ ਬਣਾਇਆ ਜਾਂਦਾ ਹੈ ਹਾਊਸਿਸ ਐਂਡ ਸ਼ਾਪਸ ਆਰ ਪੇਂਟਡ ਇਨ ਨਿਊ ਕਲਰਸ ਠੀਕ ਹੈ ਜਿਹੜੇ ਘਰ ਹੁੰਦੇ ਨੇ ਤੇ ਦੁਕਾਨਾਂ ਹੁੰਦੀਆਂ ਨੇ ਕਿ ਉਹਨਾਂ ਦੇ ਉੱਤੇ ਪੇਂਟ ਕੀਤਾ ਜਾਂਦਾ ਨਮਾ ਪੀਪਲ ਲਾਈਟ देयर ਹੋਮਸ ਵਿਦ ਕੈਂਡਲਸ ਐਂਡ ਇਲੈਕਟ੍ਰਿਕ ਲਾਈਟਸ ਜਿਹੜੇ ਲੋਕ ਹੁੰਦੇ ਨੇ ਉਹ ਘਰ ਦੇ ਉੱਤੇ ਠੀਕ ਹੈ ਜੀ ਘਰ ਦੇ ਵਿੱਚ ਮੋਮਬੱਤੀਆਂ ਜਗਾਉਂਦੇ ਨੇ ਅਤੇ ਮੋਮਬੱਤੀਆਂ ਦੇ ਨਾਲ ਨਾਲ ਉਹ ਜਿਹੜੇ ਹੈਗੇ ਨੇ ਲੈਟ੍ਰਿਕ ਲਾਈਟ ਮਤਲਬ ਦੀਪਮਾਲਾ ਵਗੈਰਾ ਚਲਾਉਂਦੇ ਨੇ ਦੇ ਬਾਇ ਸਵੀਟਸ ਐਂਡ ਟੌਇਜ਼ ਉਹ ਜਿਹੜੇ ਖੜਿਆਉਂਦੇ ਨੇ ਖਰੀਦਦੇ ਨੇ ਅਤੇ ਮਠਾਈਆਂ ਖਰੀਦਦੇ ਨੇ ਦੇ ਡਿਸਟ੍ਰੀਬਿਊਟ ਗਿਫਟ ਅਮੰਗ ਫਰੈਂਡਸ ਐਂਡ ਰਿਲੇਟਿਵਸ ਠੀਕ ਹੈ ਜੋ ਆਪਣੇ ਦੋਸਤਾਂ ਨੂੰ ਗਿਫਟ ਵੰਡਦੇ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਗਿਫਟ ਵੰਡਦੇ ਨੇ ਚਿਲड्रन ਇੰਜੋਏ ਫਾਇਰ ਵਰਕ ਠੀਕ ਹੈ ਜੀ ਫਾਇਰ ਵਰਕ ਹੁੰਦੇ ਨੇ ਪਟਾਕੇ ਐਟ ਨਾਈਟ ਮਤਲਬ ਬੱਚੇ ਨੇ ਜਿਹੜੇ ਪਟਾਕੇ ਚਲਾਉਂਦੇ ਨੇ ਰਾਤ ਦੇ ਵਿੱਚ ਔਨ ਥਿਸ ਡੇ ਪੀਪਲ ਵਰਕਸ਼ਿਪ ਗੋਡਸ ਲਕਸ਼ਮੀ ਠੀਕ ਹੈ ਜੀ ਲਕਸ਼ਮੀ ਦੀ ਪੂਜਾ ਕਰਦੇ ਨੇ ਉਸ ਦਿਨ ਸਮ ਪੀਪਲ ਗੈਂਬਲ ਔਨ ਥਿਸ ਡੇ ਕੁਝ ਲੋਕ ਨੇ ਜਿਹੜੇ ਜੂੜਾ ਖੇਡਦੇ ਨੇ ਜੂਆ ਗੈਂਬਲ ਹੁੰਦਾ ਜੂਗਾ ਖੇਡਣਾ ਇਟ ਇਜ਼ ਐਨ ਐਬਲ ਇਟ ਸ਼ੁੱਡ ਬੀ ਐਂਡਡ ਇਹ ਤੁਹਾਡਾ ਜਿਹੜਾ ਆਨਸਰ ਹੈ ਨੋਟ ਕਰ ਲੈਣਾ ਦਿਵਾਲੀ ਦੇ ਉੱਤੇ ਪੈਰਾਗ੍ਰਾਫ ਅਗਲਾ ਪੈਰਾਗ੍ਰਾਫ ਆਪਣੇ ਕੋਲ ਹੈਗਾ 레이జర్ ਦੇ ਉੱਤੇ 레이జర్ ਹੁੰਦਾ ਆਪਾਂ ਨੂੰ ਆਰਾਮ ਕਰਨਾ ਠੀਕ ਹੈ ਜੀ ਵਰਕ ਇਜ਼ ਨੈਸੈਸਰੀ ਇਨ ਲਾਈਫ ਜਿਹੜੇ ਕੰਮ ਆ ਆਪਣੇ ਲਾਈਫ ਦੇ ਵਿੱਚ ਕਰਨਾ ਜ਼ਰੂਰੀ ਆ ਬਟ ਲਾਈਫ ਇਜ਼ ਨੋਟ ਆਲ ਵਰਕ ਮਤਲਬ ਜਿਹੜੀ ਲਾਈਫ ਹੈਗਾ ਉਹ ਆਲ ਵਰਕ ਨਹੀਂ ਹੈਗੀ ਮਤਲਬ ਸਾਰਾ ਦਿਨ ਕੰਮ ਨਹੀਂ ਕਰ ਸਕਦੇ ਆਲ ਵਰਕ ਐਂਡ ਨੋ ਪਲੇ ਮੇਕ ਡੱਲ ਬੋਏ ਠੀਕ ਹੈ ਜੇਕਰ ਆਪਾਂ ਸਾਰਾ ਦਿਨ ਕੰਮ ਕਰੀ ਜੰਗੇ ਜਾਂ ਸਾਰਾ ਦਿਨ ਆਪਾਂ ਕੰਮ ਹੀ ਨਹੀਂ ਕਰਾਂਗੇ ਤਾਂ ਉਹ ਇੱਕ ਡੱਲ ਡੱਲ ਇਨਸਾਨ ਬਣਾ ਦੇਵੇਗੀ ਵਰਕ ਕੰਜ਼ੂਮ आवर એનર્ਜੀ ਜਿਹੜਾ ਕੰਮ ਆ ਉਹ ਆਪਣੀ એનર્ਜੀ ਖਚਦਾ ਹੈ ਇਟ ਟਾਇਰਸ us ਇਨ ਆਰਡਰ ਟੂ ਬ੍ਰਿੰਗ ਬੈਕ ਦਾ ਲੋਸਟ એનર્ਜੀ ਜੇਕਰ ਆਪਨੇ ਆਪਣੀ એનર્ਜੀ ਜਿਹੜੀ ਵਾਪਸ ਲੈਣੀ ਆ ਦਾ ਮੈਨ ਮਸਟ ਹੈਵ ਸਮ ਲੇਜ਼ਰ ਮਤਲਬ ਜਿਹੜਾ ਮਨੁੱਖ ਨੂੰ ਆਰਾਮ ਕਰਨਾ ਪਵੇਗਾ ਤੁਸੀਂ ਅਮਾਜ਼ਨ ਦੇਖਦੇ ਹੋਵੋਗੇ ਜਿਹੜੇ ਕਿ ਲੇਬਰ ਵਰਕਰ ਹੁੰਦੇ ਨੇਗੇ ਉਹ ਕੀ ਕਰਦੇ ਨੇ ਕਿ ਦੁਪਹਿਰ ਦੇ ਸਮੇਂ ਉਹ ਕੰਮ-ਕੁਮ ਕਰਕੇ ਸੌ ਜਾਂਦੇ ਨੇ ਤੇ ਉਸ ਤੋਂ ਬਾਅਦ ਫੇਰ ਕੰਮ ਕਰਦੇ ਨੇ ਕਿਉਂਕਿ ਕੰਮ ਕਰਕੇ ਉਹ ਲਗਾਤਾਰ ਥੱਕ ਜਾਂਦੇ ਨੇ ਅਜੇ ਥੱਕਣ ਤੋਂ ਬਾਅਦ ਜਦੋਂ ਉਹ ਆਰਾਮ ਕਰਦੇ ਨੇਗੇ ਤਾਂ ਉਹਨਾਂ ਦੇ ਵਿੱਚ ਉੱਠਣ ਤੋਂ ਬਾਅਦ એનર્ਜੀ ਆ ਜਾਂਦੀ ਹੈ ਫਿਰ ਉਹ ਦੁਬਾਰਾ ਫੇਰ ਕੰਮ ਕਰਨ ਲੱਗ ਜਾਂਦੇ ਨੇ ਜਿਵੇਂ ਉਹ ਪਹਿਲਾਂ ਕਰਦੇ ਨੇ ਤਾਂ ਕਰਕੇ ਲੇਜ਼ਰ ਹੈ ਜਿਹੜਾ ਉਹ ਆਰਾਮ ਕਰਨਾਗਾ ਜਿਵੇਂ ਕਿ ਡੂਰਿੰਗ ਦਾ ਹਾਅਰਜ਼ ਆਫ ਲੇਜ਼ਰ ਜਿਹੜੇ ਲੇਜ਼ਰ ਦੇ ਦੌਰਾਨ ਹੀ ਰਿਫਰੈਸ ਹਿਮ ਹੀ ਕੈਨ ਪਲੇ ਗੇਮਸ ਵਾਚ ਟੈਲੀਵਿਜ਼ਨ ਗੋ ਟੂ ਸਮ ਮੂਵੀ ਇੰਗੇਜ ਇਨ ਸਮ ਹੋਬੀ ਔਰ ਸਿੰਪਲੀ ਇੰਜੋਏ ਦਾ ਬਿਊਟੀ ਆਫ ਨੇਚਰ ਠੀਕ ਹੈ ਜੀ ਲੇਜ਼ਰ ਦੇ ਸਮੇਂ ਮਤਲਬ ਆਪਾਂ ਨੂੰ ਆਰਾਮ ਕਰਨ ਦੇ ਸਮੇਂ ਆਪਾਂ ਨੂੰ ਗੇਮਾਂ ਖੇਡਣੀਆਂ ਚਾਹੀਦੀਆਂ ਨੇ ਗੇਮਾਂ ਦੇ ਨਾਲ ਆਪਣਾ ਜਿਹੜਾ ਹੈਗਾ ਉਹ ਦਿਮਾਗ ਫਰੈਸ਼ ਹੋ ਜਾਂਦਾ ਅਤੇ ਹੋਰ ਆਪਾਂ ਨੂੰ ਚੀਜ਼ਾਂ ਕਰਨੀਆਂ ਚਾਹੀਦੀਆਂ ਨੇ ਗੀਆਂ ਅਤੇ ਸੱਚ ਐਕਟੀਵਿਟੀਜ਼ ਰਿਫਰੈਸ ਬੋਡੀ ਆਪਾਂ ਨੂੰ ਇਹੀ ਚੀਜ਼ਾਂ ਨੇ ਜਿਹੜੀਆਂ ਉਹ ਬੋਡੀ ਨੂੰ ਫਰੈਸ਼ ਕਰਦੀਆਂ ਨੇ ਅਤੇ ਇਸ ਦੇ ਨਾਲ ਆਪਣਾ ਜਿਹੜਾ ਮਾਈਂਡ ਉਹ ਫਰੈਸ਼ ਹੁੰਦਾ ਹੀ ਕੈਨ ਰੀਸਟਾਰਟ ਹਿਸ ਵਰਕ ਵਿਦ ਇਨਕਰੀਜ਼ਡ એનર્ਜੀ ਐਂਡ ਐਂਡ ਥੋ ਜੈਸਮ ਠੀਕ ਹੈ ਜੀ ਉਹ ਜਿਹੜਾ ਆਪਣਾ ਕੰਮ ਆਗਾ ਦੁਬਾਰਾ ਸ਼ੁਰੂ ਕਰ ਸਕਦਾਗਾ એનર્ਜੀ ਦੇ ਨਾਲ ਇਨ ਫੈਕਟ ਏਵਰੀ ਮੈਨ ਔਟ ਟੂ ਹੈਵ ਲੇਜ਼ ਇਨ ਪ੍ਰੋਪੋਰਸ਼ਨ ਟੂ ਵੇਅਰ ਐਂਡ ਟਾਇਰ ਆਫ ਸਟਰੈਂਥ ਔਟ ਹੁੰਦਾ ਮਤਲਬ ਸੌਂ ਲੈਣੀ ਠੀਕ ਹੈ ਸੌਂ ਲੈਣੀ ਚਾਹੀਦੀ ਹੈ ਕਿ ਉਸ ਨੂੰ ਲੇਜ਼ਰ ਜ਼ਰੂਰ ਲੈਣੀ ਚਾਹੀਦੀ ਆ ਬਟ ਇਟ ਇਜ਼ ਵੈਰੀ ਇੰਪੋਰਟੈਂਟ ਥੈਟ ਮੈਮਰੀਜ਼ ਆਫ ਲੇਜ਼ਰ ਆਰ ਯੂਜ਼ਡ ਇਨ ਸਮ ਰਿਫਰੈਸ਼ਿੰਗ ਐਂਡ ਯੂਸਫੁਲ ਐਕਟੀਵਿਟੀਜ਼ ਲੇਜ਼ਰ ਐਂਡ ਲੇਜ਼ਨੈਸ ਆਰ ਟੂ ਡਿਫਰੈਂਟ ਥਿੰਗਸ ਠੀਕ ਹੈ ਜੀ ਤੁਹਾਡਾ ਆਨਸਰ ਨੋਟ ਕਰ ਲੈਣਾ ਇਸ ਤੋਂ ਬਾਅਦ ਆਪਣੇ ਕੋਲੇ ਐਪਲੀਕੇਸ਼ਨ ਆਉਣਗੀਆਂ ਇੱਕ ਵਾਰੀ ਆਪਾਂ ਤੁਹਾਨੂੰ ਦਿਖਾ ਦਿੰਨੇ ਆਂ ਹਾਂਜੀ ਆਪਣੇ ਇਹ ਜਿਹੜੇ ਕਰੀ ਲੱਤੇ ਨੇਗੇ ਠੀਕ ਹੈ ਜੀ ਪੈਰਾਗ੍ਰਾਫ ਕਰ ਲੈਣੇ ਅਤੇ ਆਪਾਂ ਨੇ ਜਿਹੜੇ ਇੱਕ ਇੱਕ ਮਿੰਟ ਹਾਂਜੀ ਆਪਣੇ ਇਹ ਵੀ ਕਰ ਲੈਣੇ ਇਸ ਤੋਂ ਆਪਣੇ ਕੋਲੇ ਲਾਸਟ ਤੇ ਆ ਰਹੇ ਨੇਗੇ ਦੋ ਆਪਣੇ ਕੋਲੇ ਆ ਰਹੀਆਂ ਨੇਗੇ ਲੈਟਰ ਤੇ ਐਪਲੀਕੇਸ਼ਨ ਜਿਵੇਂ ਕਿ ਪਹਿਲਾਗਾ ਯੂ ਆਰ ਲਿਵਿੰਗ ਐਟ ਕוויਨ ਹੋਸਟਲ ਹਾਂਜੀ ਇੰਟਰਨੈਸ਼ਨਲ ਸਕੂਲ ਨਿਊ ਦਿੱਲੀ রাইਟ ਅ ਲੈਟਰ ਟੂ ਯੋਰ ਫਾਦਰ ਰਿਕਵੈਸਟਿੰਗ Him to permit you to join an educational tour to South India ਕੰਡਕਟਡ ਬਾਈ ਯੂਰ ਸਕੂਲ ਹੈ ਠੀਕ ਹੈ ਤੁਸੀਂ ਨੇ ਆਪਣੇ ਫਾਦਰ ਨੂੰ ਇੱਕ ਲੈਟਰ ਲਿਖਣਾ ਜਿੱਥੇ ਵਿੱਚ ਤੁਸੀਂ ਆਪਣੇ ਫਾਦਰ ਤੋਂ ਪਰਮਿਸ਼ਨ ਲਓਗੇ ਕਿ ਕੀ ਮੈਂ ਸਾਊਥ ਇੰਡੀਆ ਦਾ ਜਿਹੜਾ ਇੱਕ ਟੂਰ ਆਗਾ ਜਿਹੜਾ ਕਿ ਸਕੂਲ ਵੱਲੋਂ ਲਿਆਇਆ ਜਾ ਰਿਹਾ ਹੈਗਾ ਸਾਊਥ ਇੰਡੀਆ ਉੱਥੇ ਤੁਸੀਂ ਨੇ ਜਾਣਾਗਾ ਤਾਂ ਤੁਸੀਂ ਨੇ ਆਪਣੇ ਫਾਦਰ ਤੋਂ ਪਰਮਿਸ਼ਨ ਲੈਣੀ ਆ ਇਸ ਦੇ ਵਿੱਚ ਜਾਂ ਦੇ ਵਿੱਚ ਆ ਰਾਈਟ ਅ ਲੈਟਰ ਟੂ ਯਾ ਮੈਨੇਜਰ ਆਫ ਅ ਬੈਂਕ ਰਿਕੈਸਟਿੰਗ ਹਿਮ ਫੋਰ ਅ ਲੋਨ ਫੋਰ ਯਰ ਸਟੱਡੀਜ਼ ਮਤਲਬ ਤੁਸੀਂ ਨੇ ਬੈਂਕ ਦੇ ਮੈਨੇਜਰ ਨੂੰ ਇੱਕ ਲੋਨ ਲੋਨ ਦੇ ਲਈ ਤੁਸੀਂ ਨੇ ਰਿਕਵੈਸਟ ਕਰਨੀ ਹੈ ਕਿ ਕੀ ਉਹ ਤੁਹਾਡੀ ਜਿਹੜੀ ਪੜ੍ਹਾਈ ਦਾ ਲੋਨ ਉਹ ਦੇ ਸਕੇ ਬੈਂਕ ਦੇ ਮੈਨੇਜਰ ਨੂੰ ਤੁਸੀਂ ਨੇ ਲਿਖਣਾਗਾ ਯੂ ਆ ਨikhil ਠੀਕ ਹੈ ਤੁਸੀਂ ਇੱਥੇ ਰਹਿੰਦੇ ਹੋਗੇ ਜੇਕਰ ਐਪਲੀਕੇਸ਼ਨ ਜਾਂ ਲੈਟਰ ਦੀ ਵਿੱਚ ਤੁਹਾਨੂੰ ਹਾਂਜੀ ਜਦ ਉਹਦੇ ਵਿੱਚ ਹੀ ਹੁੰਦਾਗਾ ਨਾ ਲੈਟਰ ਦੇ ਵਿੱਚ ਹੀ ਹੁੰਦਾ ਆਪਣੇ ਕੋਲ ਦਿੱਤਾ ਹੋਇਆ ਸਾਰਾ ਐਡਰੈਸ ਵਗੈਰਾ ਉਹੀ ਤੁਸੀਂ ਜਿਹੜਾ ਹੁੰਦਾਗਾ ਉਹ ਉਸ ਦੇ ਵਿੱਚ ਦੇਖਣਾ ਹੁੰਦਾ ਉਸ ਦੇ ਵਿੱਚ ਤੁਸੀਂ ਡਿਫਰੈਂਟ ਨਹੀਂ ਲਿਖ ਸਕਦੇ ਹਾਂ ਜੇ ਮੇਕੀ ਤੁਹਾਨੂੰ ਦਿੱਤਾ ਗਿਆਗਾ ਆ ਲੈਟਰ ਦਿੱਤਾ ਹੋਇਆਗਾ ਠੀਕ ਹੈ ਜੀ ਲੈਟਰ ਨੂੰ ਜ਼ਰੂਰ ਪੜ੍ਹ ਲੈਣਾ ਇਸ ਦੇ ਵਿੱਚ ਤੁਸੀਂ ਨੇ ਆਪਣੇ ਆ ਫਾਦਰ ਤੋਂ ਜਾਂ ਮਦਰ ਤੋਂ ਤੁਸੀਂ ਨੇ ਇੱਕ ਪਰਮਿਸ਼ਨ ਲੈਣੀ ਹੈ ਕਿ ਜਿਸ ਦੇ ਵਿੱਚ ਤੁਸੀਂ ਨੇ ਐਜੂਕੇਸ਼ਨਲ ਟੂਰ ਜੁਆਇਨ ਕਰਨਾ ਤਾਂ ਇਸ ਤਰ੍ਹਾਂ ਤੁਸੀਂ ਜਿਹੜਾ ਹੈਗਾ ਉਹ ਲਿਖ ਸਕਦੇ ਹੋਗੇ ਹਾਂ ਜੀ ਸਟਾਰਟਿੰਗ ਦੇ ਵਿੱਚ ਤੁਸੀਂ ਨੇ ਲਿਖ ਦੇਣਾ ਐਡਰੈਸ ਐਡਰੈਸ ਤੁਸੀਂ ਲਿਖ ਦੇਣਾ ਇਸ ਤੋਂ ਬਾਅਦ ਤੁਸੀਂ ਨੇ ਲਿਖਣਾ ਮਾਈ ਡੀਅਰ ਮਦਰ ਜਾਂ ਫਾਦਰ ਅਵਰ ਸਕੂਲ ਇਜ਼ ਬ੍ਰੇਕਿੰਗ ਅਪ ਫੋਰ ਅ ਕ੍ਰਿਸਮਸ ਹੋਲੀਡੇ ਓਨ 24 ਆਫ ਦਿਸ ਮੰਥ ਮਤਲਬ ਇਸ 24 ਨੂੰ ਆਪਣਾ ਜਾ ਰਿਹਾ ਹੈਗਾ ਸਮ ਸਟੂਡੈਂਟ ਆਫ ਅਵਰ ਸਕੂਲ ਆਰ ਗੋਇੰਗ ਓਨ ਐਨ ਐਜੂਕੇਸ਼ਨਲ ਟੂਰ ਮਤਲਬ ਜਿਹੜੇ ਕ੍ਰਿਸਮਸ ਦੀਆਂ ਛੁੱਟੀਆਂ ਹੋਣਗੀਆਂ 24 ਤਰੀਕ ਤੋਂ ਅਤੇ ਕੁਝ ਜਿਹੜੇ ਸਟੂਡੈਂਟ ਨੇਗੇ ਉਹ ਐਜੂਕੇਸ਼ਨਲ ਟੂਰ ਤੇ ਜਾਣਗੇ ਦ ਟੂਰ ਹੈਜ਼ ਬੀਨ ਆਰਗੇਨਾਈਜ਼ਡ ਬਾਈ ਅਵਰ ਪ੍ਰਿੰਸੀਪਲ ਮਾਦਰੋ ਜਿਹੜੇ ਸਾਡੇ ਪ੍ਰਿੰਸੀਪਲ ਨੇ ਉਸ ਨੇ ਜਿਹੜਾ ਇਹ ਉਸ ਦਾ ਪ੍ਰਬੰਧ ਕੀਤਾਗਾ ਟੂਰ ਦਾ ਇਟ ਵਿਲ ਬੀ ਅ 7 ਡੇ ਟੂਰ ਮਤਲਬ ਇਹ 7 ਦਿਨਾਂ ਦਾ ਟੂਰ ਆ ਫਰੋਮ ਦਿਸੰਬਰ 25 ਤੋਂ ਲੈ ਕੇ 31 ਤਰੀਕ ਤੱਕ ਜਿਹੜਾ ਇਹ ਟੂਰ ਚੱਲੇਗਾ ਦਿਸ ਐਲ ਵਿਜ਼ਿਟ ਬੈਂਗਲੌਰ ਮਾਇਸੌਰ ਚੇਨਈ ਐਂਡ ਮੈਦੂਰੀ ਠੀਕ ਹੈ ਜੀ ਉਹ ਜਿਹੜੇ ਬੈਂਗਲੌਰ ਵਿਜ਼ਿਟ ਕਰਨਗੇ ਮਾਇਸੌਰ ਘੁੰਮਣਗੇ ਚੇਨਈ ਘੁੰਮਣਗੇ ਅਤੇ ਮੈਡੋਰੀ ਘੁੰਮਣਗੇ ਆਈ ਰਿਕੁਐਸਟ ਯੂ ਟੂ ਅਲੋ ਮੀ ਟੂ ਗੋ ਔਨ ਦਿਸ ਟੂਰ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਜਾਂ ਕਰਦੀ ਹਾਂ ਕਿ ਮੈਨੂੰ ਟੂਰ 'ਤੇ ਜਾਣ ਦੀ ਆਗਿਆ ਦਿੱਤੀ ਜਾਵੇ ਈਚ ਸਟੂਡੈਂਟ ਹੈਵ ਟੂ ਡਿਪੋਜ਼ਿਟ ਪੰਜ ਹਜ਼ਾਰ ਫੋਰ ਦਿਸ ਟੂਰ ਮਤਲਬ ਹਰ ਇੱਕ ਬੱਚੇ ਨੂੰ 5000 ਰੁਪਏ ਭਰਨ ਪਵੇਗਾ ਉਸ ਟੂਰ ਦੇ ਲਈ ਆਈ ਸ਼ਲ ਡੂ ਵਿਦ 1000 ਓਨਲੀ ਫੋਰ ਮਾਈ ਪਾਕਟ ਐਕਸਪੈਂਸਸ ਕੈਨਡਲੀ ਸੈਂਡ ਮੀ 6000 ਐਜ਼ ਹੂ ਮੈਚ ਪੋਸੀਬਲ ਉਹਨਾਂ ਨੇ ਕਿਹਾ ਕਿ ਮੈਨੂੰ 1000 ਰੁਪਏ ਜਿਹੜਾ ਉਹ ਖਰਚਣ ਦੇ ਲਈ ਦਿੱਤਾ ਜਾਵੇ ਅਤੇ ਜਿਹੜਾ 5000 ਆ ਉਹ ਅੱਡ ਤਾਂ ਕਰਕੇ 6000 ਹੋ ਗਿਆ ਆਈ ਹੋਪ ਯੂ ਵਿਲ ਨੋਟ ਡਿਸਪਾਇੰਟ ਮੀ ਤੁਸੀਂ ਮੈਨੂੰ ਉਦਾਸ ਨਹੀਂ ਕਰੋਗੇ ਇਸ ਤੋਂ ਬਾਅਦ ਆਪਾਂ ਨੈਕਸਟ ਆ ਗਿਆ ਆਪਣੇ ਕੋਲੇ ਵਿਦ ਰਿਗਾਰਡਸ ਯੂਅਰ ਐਮਫੀਸੈਂਸ਼ਲੀ ਤਾਂ ਤੁਹਾਡਾ ਦੌਰ ਇਸ ਤਰ੍ਹਾਂ ਨਾਮ ਆ ਜਾਵੇਗਾ ਇਹ ਤੁਸੀਂ ਨੇ ਲਿਖ ਦੇਣਾ ਠੀਕ ਹੈ ਜੀ ਇਸ ਤੋਂ ਬਾਅਦ ਨੈਕਸਟ ਹੈ ਜਿਹੜਾ ਆਪਣੇ ਕੋਲੇ ਇਹ ਮੈਨੇਜਰ ਦੇ ਵਿੱਚ ਲਿਖਣਾਗਾ ਬੈਂਕ ਦੇ ਮੈਨੇਜਰ ਨੂੰ ਇਸ ਤਰ੍ਹਾਂ ਪਹਿਲਾਂ ਤੁਸੀਂ ਨੇ ਆਪਣਾ ਐਡਰੈਸ ਪਾਉਣਾਗਾ ਉੱਤੇ ਇਸ ਤਰ੍ਹਾਂ ਬੈਂਕ ਮੈਨੇਜਰ ਦਾ ਜਿਹੜੀ ਬੈਂਕ ਦਾ ਮੈਨੇਜਰ ਆ ਤੇ ਕਿੱਥੇ ਦਾ ਐਡਰੈਸ ਆ ਉਹ ਤੁਸੀਂ ਨੇ ਲਿਖਣਾ ਇਸ ਤੋਂ ਬਾਅਦ ਤੁਸੀਂ ਸਬਜੈਕਟ ਜ਼ਰੂਰ ਲਿਖ ਦੇਣਾ ਜਿਵੇਂ ਕਿ ਦਿੱਤਾ ਹੋਇਆਗਾ ਡੀਅਰ ਸਰ ਆਈ ਰੀਡ ਯੂਅਰ ਐਡਵਰਟਾਈਜ਼ਮੈਂਟ ਇਨ ਹਿੰਦੂਜ ਟਾਈਮ ਔਰ ਯਸਟਰਡੇ ਮੈਨੇ ਕੱਲ ਹਿੰਦੂ ਹਿੰਦੁਸਤਾਨ ਆ ਜਿਹੜਾ ਟਾਈਮ ਨਿਊਜ਼ ਪੇਪਰ ਆ ਉਸ ਦੇ ਵਿੱਚ ਮੈਂ ਤੁਹਾਡੀ ਜਿਹੜੀ ਮਸ਼ਹੂਰੀ ਉਹ ਦੇਖੀ ਆਈ ਹੈਵ ਕਲੀਅਰਡ ਦ ਸੀ ਏ ਟੀ ਐਗਜ਼ਾਮੀਨੇਸ਼ਨ ਮੈਨੇ ਜਿਹੜੇ ਸੀ ਏ ਟੀ ਐਗਜ਼ਾਮੀਨੇਸ਼ਨ ਹੁੰਦਾ ਹੈਗਾ ਉਸ ਉਹ ਮੈਂ ਕਲੀਅਰ ਕਰ ਲਿਆ ਐਂਡ ਹੈ ਬੀਨ ਸਿਲੈਕਟਿਡ ਫੋਰ ਆਈ ਐਮ ਐਮ ਅਹਿਮਦਾਬਾਦ ਮੈਨੂੰ ਸਿਲੈਕਟ ਕੀਤਾ ਗਿਆ ਹੈਗਾ ਆਈ ਐਮ ਐਮ ਜਿਹੜਾ ਦਿੱਤੀ ਹੋਈ ਹੈ ਸੰਸਥਾ ਕੋਈ ਅਹਿਮਦਾਬਾਦ ਦੇ ਵਿੱਚ ਉੱਥੇ ਮੈਨੂੰ ਜਿਹੜਾ ਸਿਲੈਕਸ਼ਨ ਮਿਲ ਗਈ ਆ ਮਾਈ ਫਾਦਰ ਇਜ਼ ਅ ਗੌਰਮੈਂਟ ਟੀਚਰ ਮੇਰੇ ਫਾਦਰ ਨੇ ਜਿਹੜੇ ਉਹ ਗੌਰਮੈਂਟ ਟੀਚਰ ਨੇ ਦੈਨ ਟਾਇਰ ਫੈਮਲੀ ਬੈਂਕ ਅਪੋਨ ਹਿਮ ਅਲੋਨ ਠੀਕ ਹੈ ਜੀ ਸੋ ਇਟ ਇਜ਼ ਕੁਆਇਟ ਇੰਪੋਸੀਬਲ ਫੋਰ ਹਿਮ ਟੂ ਪੇ ਦਾ ਫੀਸ ਫੋਰ ਮਾਈ ਕੋਰਸ ਵਿਚ ਇਜ਼ ਅਬਾਊਟ 5 ਲੱਖ ਕੋਰਸ ਦਾ ਫੀਸ ਹੈ ਆ ਰਿਕਵੈਸਟ ਟੂ ਸੈਂਸੀਏਸ਼ਨ ਮੀ ਆ ਲੌਨ ਫੋਰ ਥਿਸ ਮਨੀ ਅਮਾਉਂਟ ਆ ਸ਼ੂਰ ਯੂ ਟੂ ਰਿਟਰਨ ਦਾ ਮਨੀ ਐਸ ਪਰ ਦੀ ਕੰਡੀਸ਼ਨ ਗਿਵਿੰਗ ਇਨ ਦੀ ਐਡਵਰਟਾਈਜ਼ਮੈਂਟ ਸ਼ੋ ਫੇਥਫੁਲੀ ਠੀਕ ਹੈ ਜੀ ਯੂਰ ਫੇਥਫੁਲੀ ਐਂਡ ਇਸ ਤੋਂ ਬਾਅਦ ਤੁਸੀਂ ਨੇ ਨਾਮ ਲਿਖ ਦੇਣਾ ਇਸ ਦੇ ਨਾਲ ਜਿਹੜਾ ਤੁਹਾਡਾ ਪੇਪਰ ਕੰਪਲੀਟ ਹੋ ਰਿਹਾ ਇਹ ਪੇਪਰ ਨੰਬਰ ਪਹਿਲਾ ਪੇਪਰ ਨੰਬਰ 2 ਲੈਂਡ ਦੇਣੀ ਨੀਚੇ ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਦੇਣਾ ਇਸ ਤਰ੍ਹਾਂ ਪੇਪਰ ਤਾਂ ਮੈਂ ਸਮਝ ਜਾਊਗਾ ਕਿ ਤੁਹਾਨੂੰ ਪੇਪਰ ਨੰਬਰ 2 ਵੀ ਚਾਹੀਦਾ ਤਾਂ ਪੇਪਰ ਨੰਬਰ 2 ਦੇ ਲਈ ਵੀਡੀਓ ਦੇ नीचे ਕਮੈਂਟ ਬਾਕਸ 'ਚ ਜੇ ਪੇਪਰ ਨੰਬਰ 2 ਜ਼ਰੂਰ ਲਿਖ ਦੇਣਾ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਆ ਹੋਊਗਾ ਧੰਨਵਾਦ ਤੁਹਾਡਾ ਅਤੇ ਨਾਲ ਦੀ ਨਾਲ ਆਪਣੇ ਟੈਲੀਗ੍ਰਾਮ ਗਰੁੱਪ ਨੂੰ WhatsApp ਗਰੁੱਪ ਨੂੰ ਅਤੇ Facebook ਨੂੰ ਅਤੇ ਆਪਣੇ Instagram ਨੂੰ ਸਾਰਿਆਂ ਨੂੰ ਫੋਲੋ ਕਰ ਲਓ ਹੁਣ ਇਹਦੇ ਹੁਣੇ ਕਿਉਂਕਿ ਤੁਹਾਨੂੰ ਉੱਥੇ ਜਿਹੜੀਆਂ ਹੈਗੀਆਂ ਨੇ ਤੁਹਾਡੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਸਾਰੀਆਂ ਅਪਡੇਟਸ ਤੁਹਾਨੂੰ ਉੱਥੇ ਮਿਲਣਗੀਆਂ ਅਤੇ ਪੇਪਰਾਂ ਦੇ PDF ਹੁੰਦੀਆਂ ਨੇ ਜਿਹੜੀਆਂ ਉਹ ਤੁਹਾਨੂੰ ਉੱਥੇ ਹੀ ਮਿਲਣਗੀਆਂ ਠੀਕ ਹੈ ਜੀ ਜਾ ਕੇ ਸਾਰਿਆਂ ਦਾ ਲਿੰਕ ਹੈ ਜਿਹੜੇ ਤੁਹਾਡੀ ਪੇਪਰ ਦੀ ਤਿਆਰੀ ਦੇ ਲਈ ਇੱਕ ਸੈਂਪਲ ਪੇਪਰ ਸੀਗਾ ਇਸ ਪੇਪਰ ਨੂੰ ਤੁਸੀਂ ਐਂਡ ਤੱਕ ਜਰੂਰ ਦੇਖਿਆ ਹੋਊਗਾ ਇਹ ਸੀਗਾ ਇੱਕ ਸੈਂਪਲ ਪੇਪਰ ਠੀਕ ਹੈ ਜੀ ਵੀਡੀਓ ਨੂੰ ਆਪ ਦੱਬ ਕੇ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਮੈਂ ਤਦ ਤੱਕ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਧੰਨਵਾਦ